हम बारिक तुमरे तारे, तुम दाते ठाकुर प्रतपालक, नायक खसम हमारे। निमख निमख तुम ही प्रतपालो, हम बारिक तुमरे तारे। जिहवा एक कवन गुण कहिया, बेशुमार बेअंत स्वामी, तेरो अंत न कि नहीं लहिया। रहाओ कोट पराध हमारे खंडो, अनक विधि समझावो। हम अज्ञान अलप मत थोरी, तुम्हें आपन बिरद रखावो। तुमरी शरण तुम्हारी आसन, तुम ही सज्जन सुले। राखो राखन हार दयाला, नानक करके गोले। तुमरी शरण तुम्हारी आसा, तुम ही सज्जन सुले। राखो राखन हार दयाला, नानक करके गोले। वाहिगुरु जी का खालसा, वाहिगुरु जी की फतेह। गुरु प्यारी साध संगत जीओ, आओ हुण पंथ दे महान विद्वान ज्ञानी हर इकबाल सिंह जी बाली उन्हां पासों गुरमत विचारां सरवण करिए जी। वाहिगुरु जी का खालसा, वाहिगुरु जी की फतेह। सतनाम श्री वाहिगुरु साहिब जी। एक ओंकार सतनाम, कर्ता पुरख निरभउ निर्वैर, अकाल मूरत अजूनी सैभं, गुरप्रसाद सवैये महल्ले पंजमे के, सिमरंग सोई पुरख अचल अबनासी, जिस सिमरत दुरमत मल नासी, सतगुर चरण कमल रिद तारं, गुर अर्जुन गुण सहज विचारं, गुरु रामदास कर कियो प्रगासा, सगल मनोरथ पूरी आसा, तैं जनमत गुरमत ब्रह्म पछाण्यो, कल जोड़ कर सुजस वखाण्यो। भगत जोग को जैत वार हर जनक उपायो, शब्द गुरु परगास्यो हर रसन बसायो, गुरु नानक अंगद अमर लाग उत्तम पद पायो, गुरु अर्जुन कर गुरु रामदास भगत अवतर आयो, गुरु अर्जुन कर गुरु रामदास भगत अवतर आयो। शब्द गुरु धन धन श्री गुरु ग्रंथ साहिब महाराज जी की पवित्र पावन हजूरी अंदर अमृत वेले दे दीवान दियां हाजरियां भर रही गुरु रूप गुरु प्यारी सात संगत जीओ, प्रेम पूर्वक साहबां दी फतेह प्रवान करो जी। वाहिगुरु जी का खालसा,
ਵਾਹਿਗੁਰੂ ਜੀ ਕੀ ਫਤਿਹ। ਅੱਜ ਹਜ਼ੂਰੀ ਕੀਰਤਨੀਏ ਪਾਸੋਂ ਅਸਾਂ ਜੋ ਸ਼ਬਦ ਕੀਰਤਨ ਸਰਵਣ ਕੀਤਾ ਹੈ ਸੰਪੂਰਨ ਆਸਾ ਜੀ ਦੀ ਵਾਰ ਦਾ, ਉਹਦੇ ਅੰਦਰ ਉਹਨਾਂ ਨੇ ਦੋ ਸ਼ਬਦ ਐਸੇ ਗਾਇਨ ਕੀਤੇ ਨੇ ਜੋ ਬਹੁਤ ਹੀ ਵਿਸਥਾਰ ਮੰਗਦੇ ਨੇ। ਉਹਨਾਂ ਦਾ ਵਿਚਾਰ ਔਰ ਉਹਨਾਂ ਦਾ ਵਿਸਥਾਰ ਸੰਗਤਾਂ ਵਿੱਚ ਹੋਣਾ ਅਤਿਅੰਤ ਜ਼ਰੂਰੀ ਹੈ। ਇੱਕ ਸ਼ਬਦ ਸੀ ਉਹਨਾਂ ਨੇ ਕਬੀਰ ਜੀ ਦਾ ਗਾਇਆ, ਦਾਸ ਨੇ ਸੁਣਿਆ, ਦੇਹ ਮੁਹਾਰ ਲਗਾਮ ਪਹਿਰਾਵੋ ਸਗਲ ਤਜੀਨ ਗਗਨ ਦੁਹਰਾਵੋ ਆਪਣੇ ਵਿਚਾਰ ਅਸਵਾਰੀ ਕੀਜੈ ਸਹਿਜ ਕੇ ਪਾਵੜੇ ਪੱਗ ਧਰ ਲੀਜੇ ਚੱਲ ਰੇ ਬੈਕੁੰਠ ਤੁਜੇ ਲੈ ਧਾਰੋ ਹਿੱਚੇ ਤਾਂ ਪ੍ਰੇਮ ਕੇ ਚਾਬਕ ਮਾਰੋ। ਬਹੁਤ ਹੀ ਭਾਵਪੂਰਤ ਸ਼ਬਦ ਹੈ ਸ਼੍ਰੋਮਣੀ ਪਾਤਸ਼ਾਹੀ ਕਬੀਰ ਜੀ ਦਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਜੇ ਆਪਾਂ ਧਿਆਨ ਨਾਲ ਪੜ੍ਹੀਏ, ਸਤਿਗੁਰਾਂ ਦੇ ਆਪਣੇ ਵੀ ਬੜੇ ਬੜੇ ਵਿਖਮ ਸ਼ਬਦ ਇਹਦੇ ਅੰਦਰ ਦਰਜ ਨੇ, ਪਰ ਕਬੀਰ ਜੀ ਦੇ ਸ਼ਬਦਾਂ ਦਾ ਟਰਾਂਸਲੇਸ਼ਨ ਕਰਦਿਆਂ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇੱਕ ਸ਼ਲੋਕ ਥੱਲੇ ਲਿਖ ਦਿੱਤਾ, ਕਬੀਰ ਏਕ ਮਰੰਤੇ ਦੋਏ ਮੂਏ, ਦੋਏ ਮਰੰਤੇ ਚਾਰ, ਚਾਰ ਮਰੰਤੇ ਛਹਿ ਮੂਏ, ਚਾਰ ਪੁਰਖ ਦੋਏ ਨਾਲ। ਇਹਦੇ ਥੱਲੇ ਬ੍ਰੈਕਟਸ ਵਿੱਚ ਉਹਨਾਂ ਨੇ ਲਿਖਿਆ ਵੀ ਇਹ ਸ਼ਲੋਕ ਬਹੁਤ ਮੁਸ਼ਕਲ ਹੈ, ਬਾਣੀ ਹੋਰ ਵੀ ਬਹੁਤ ਵਿਖਮ ਹੈ ਪਰ ਕਬੀਰ ਜੀ ਦੀ ਬਾਣੀ ਤਾਂ ਬਹੁਤ ਹੀ ਵਿਖਮ ਹੈ। ਪਤਾ ਨਹੀਂ ਕਿਹੜੀ ਅਕੈਡਮੀ 'ਚ ਪੜ੍ਹੇ ਸਨ, ਪਤਾ ਨਹੀਂ ਕਿਹੜੇ ਉਸਤਾਦ ਕੋਲੋਂ ਉਹ ਪੜ੍ਹੇ ਸਨ। ਐਕਚੁਅਲੀ ਉਹਨਾਂ ਕੋਲ ਅਧਿਆਤਮਿਕ ਗਿਆਨ ਸੀ, ਉਹਨਾਂ ਕੋਲ ਸਪਿਰਚੁਅਲ ਨੌਲੇਜ ਸੀ, ਉਹਨਾਂ ਕੋਲ ਉਹ ਗਿਆਨ ਸੀ ਜਿਹਦੇ ਸਮੇਂ ਬਾਕੀ ਸਾਰੇ ਗਿਆਨ ਥੋਥੇ ਅਤੇ ਝੂਠੇ ਪੈ ਜਾਂਦੇ ਨੇ। ਹੁਣ ਇਸ ਸ਼ਬਦ ਦਾ ਜੇ ਵਿਸਥਾਰ ਕਰਾਂਗੇ ਤਾਂ ਸਮਾਂ ਬਹੁਤ ਚਾਹੀਦਾ। ਦੂਸਰਾ ਉਹਨਾਂ ਫਿਰ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਉਚਾਰਨ ਕੀਤਾ, ਖਿਆਲ ਪਾਤਸ਼ਾਹੀ ਦਸਵੀਂ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਆਪ ਰੋਜ਼ ਸ਼ਬਦ ਪੜ੍ਹਦੇ ਹੋ, ਇਸ ਸ਼ਬਦ ਦਾ ਸਰਲੇਖ ਕੀ ਹੈ? ਖਿਆਲ। ਖਿਆਲ ਕੀ ਹੋਇਆ? ਖਿਆਲ ਤਾਂ ਹੁੰਦਾ ਮੇਰਾ ਆਹ ਖਿਆਲ ਹੈ, ਮੇਰਾ ਆਹ ਆਈਡੀਆ, ਮੇਰਾ ਆਹ ਵਿਚਾਰ ਹੈ। ਨਹੀਂ, ਇਹ ਨਹੀਂ ਇਹਦਾ ਮਤਲਬ ਬਣਦਾ। ਤਦੇ ਤਾਂ ਸੰਗਤ ਅੰਦਰ ਆਉਣਾ ਅਤਿਅੰਤ ਲਾਜ਼ਮੀ ਹੈ। ਕੋਈ ਬੰਦਾ ਘਰ ਬੈਠੇ ਕਵੇ ਵੀ ਮੈਨੂੰ ਸਭ ਕੁਛ ਪਤਾ ਲੱਗ ਗਿਆ, ਤਾਂ ਇਹ ਨਾਨਕ ਤੇ ਨਰ ਅਸਲ ਖਰਜੇ ਬਿਣ ਗੁਣ ਗਰਭ ਕਰੰਤ। ਜਿਨ੍ਹਾਂ ਨੇ ਰਾਤੀ ਸੁਣਿਆ ਉਹਨਾਂ ਨੇ ਭਲੀ ਪ੍ਰਕਾਰ ਇਹਨਾਂ ਸ਼ਲੋਕਾਂ ਦਾ ਵਿਚਾਰ ਸ਼ਰਮ ਕੀਤਾ ਹੋਵੇਗਾ। ਸੰਗੀਤ ਦੀ ਦੁਨੀਆ ਦੇ ਅੰਦਰ ਜਿੱਥੇ ਬੰਦਾ ਰਾਗ ਗਾਉਂਦਾ ਉੱਥੇ ਖਿਆਲ ਗਾਉਣਾ ਵੀ ਇੱਕ ਤਰੀਕਾ ਹੈ ਸੰਗੀਤ ਦਾ। ਵੱਡੇ ਵੱਡੇ ਉਸਤਾਦ ਗਵਈਏ ਆਪਣਾ ਪਰਫੋਰਮੈਂਸ ਦੇਣ ਤੋਂ ਪਹਿਲਾਂ ਖਿਆਲ ਗਾਉਂਦੇ ਨੇ। ਉਹ ਖਿਆਲ ਦੇ ਅੰਦਰ ਰਾਗ ਦੀ ਇੱਕ ਐਸੀ ਬਣਤਰ ਹੁੰਦੀ ਹੈ ਔਰ ਸ਼ਬਦਾਂ ਦੀ ਐਸੀ ਇੱਕ ਤਰਤੀਬ ਹੁੰਦੀ ਹੈ ਕਿ ਹਰ ਬੰਦਾ ਉਹ ਗਾ ਵੀ ਨਹੀਂ ਸਕਦਾ ਔਰ ਹਰ ਬੰਦਾ ਉਹਨੂੰ ਸਮਝ। ਇਹ ਸੰਗੀਤ ਦੀ ਦੁਨੀਆ ਦਾ ਇੱਕ ਹੈ ਵੀ ਖਿਆਲ ਗਾਇਕੀ ਦੇ ਅੰਦਰ ਉਹ ਬੁਲਾਨਾ ਉਸਤਾਦ ਜੀ ਹੋਇਆ। ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਿਆਲ ਪਾਤਸ਼ਾਹੀ ਦਸਵੀਂ ਸਿਰਫ ਇਮੈਜੀਨੇਸ਼ਨ ਨਹੀਂ, ਇਹਨੂੰ ਇਹ ਨਾ ਸਮਝਣਾ ਪਏ ਗੁਰੂ ਸਾਹਿਬ ਜੀ ਨੇ ਇਮੈਜੀਨੇਸ਼ਨ ਵਿੱਚ ਉਚਾਰਨ ਕਰ ਦਿੱਤਾ। ਨਹੀਂ, ਇਹ ਖਿਆਲ ਆਮ ਦੁਨੀਆ ਵਾਲਾ ਖਿਆਲ ਨਹੀਂ ਹੈ, ਇਹ ਸੰਗੀਤ ਦੇ ਉਸਤਾਦਾਂ ਦੀ ਦੁਨੀਆ ਦੇ ਅੰਦਰ ਇੱਕ ਚੈਲੇਂਜ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ ਕਿ ਆਹ ਵੀ ਸਰਵਣ ਕਰੋ, ਮੈਂ ਖਿਆਲ ਪਾਤਸ਼ਾਹੀ ਦਸਵੀਂ ਦਾ ਸ਼ਬਦ ਉਚਾਰਨ ਕੀਤਾ। ਉਹਦੇ ਅੰਦਰ ਇੱਕ ਪੰਕਤੀ ਆਈ ਹੈ, ਕਹਿਣਾ। ਕਹਿਣਾ ਕੀ ਹੋਇਆ? ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਕਹਿਣਾ ਹੁੰਦਾ ਕਿਸੇ ਨੂੰ ਮੈਸੇਜ ਦੇਣਾ। ਦੋ ਮਿੱਤਰਾਂ ਨੇ ਕਿਤੇ ਜਾਣਾ ਸੀ, ਇੱਕ ਕਿਸੇ ਕਾਰਨ ਨਹੀਂ ਜਾ ਸਕਿਆ। ਉਹ ਕਹਿੰਦਾ ਅੱਛਾ ਤੂੰ ਚੱਲਣਾ ਹੈ, ਮੇਰਾ ਆਹ ਸੁਨੇਹਾ ਉੱਥੇ ਦੇ ਦੇ, ਉਹਨੂੰ ਕਹਿ ਦੇਈ ਕਿ ਤਿਆਰ ਤਾਂ ਮੈਂ ਵੀ ਸੀ ਆਉਣ ਨੂੰ, ਬਟ ਐਟ 11th ਆਵਰ ਇੱਕਦਮ ਲਾਸਟ ਮੂਮੈਂਟ ਦੇ ਉੱਤੇ ਕੋਈ ਐਸੀ ਪ੍ਰੋਬਲਮ ਆ ਗਈ ਵੀ ਮੈਂ ਆ ਨਹੀਂ ਸਕਦਾ, ਪਰ ਤੂੰ ਮੇਰਾ ਆਹ ਸੁਨੇਹਾ ਉਹਨੂੰ ਕਹਿ ਦੇਈ, ਉਹ ਜਾ ਰਿਹਾ ਹੈ, ਹੀ ਇਜ਼ ਔਨ ਦਾ ਵੇ, ਹੀ ਇਜ਼ ਗੋਇੰਗ। ਤਾਂ ਉਹਨੂੰ ਕਹਿੰਦਾ ਮੇਰਾ ਸੁਨੇਹਾ ਦੇ ਦੇ। ਇੱਥੇ ਤਾਂ ਗੁਰੂ ਸਾਹਿਬ ਮਾਛੀਵਾੜੇ ਦੇ ਨਿਰਜਨ ਬਨ ਵਿੱਚ ਇਕੱਲੇ ਪਏ ਨੇ, ਇਕੱਲੇ ਲੇਟੇ ਹੋਏ ਨੇ। ਭਾਈ ਦਇਆ ਸਿੰਘ ਜੀ ਵੀ ਨਹੀਂ ਪਹੁੰਚੇ, ਭਾਈ ਮਾਨ ਸਿੰਘ ਜੀ ਵੀ ਨਹੀਂ ਪਹੁੰਚੇ, ਭਾਈ ਧਰਮ ਸਿੰਘ ਜੀ ਵੀ ਨਹੀਂ ਪਹੁੰਚੇ, ਇਕੱਲੇ ਲੇਟੇ। ਅਤੇ ਕੌਣ ਜਾ ਰਿਹਾ ਉਹਨਾਂ ਦੇ ਕੋਲ ਦੀ? ਕਿਹਨੂੰ ਸੁਨੇਹਾ ਦੇ ਰਹੇ ਨੇ? ਸੁਨੇਹਾ ਤਾਂ ਮਿੱਤਰ ਪਿਆਰੇ ਵਾਹਿਗੁਰੂ ਅਕਾਲ ਪੁਰਖ ਅੰਤਰਜਾਮੀ ਨੂੰ, ਪਰ ਜਾ ਕੌਣ ਰਿਹਾ ਜਿਹਨੂੰ ਕਹਿ ਰਹੇ? ਇਹ ਗੱਲਾਂ ਹੈ ਇਹਨਾਂ ਸ਼ਬਦਾਂ ਦੇ ਅੰਦਰ ਵਿਚਾਰਨ ਵਾਲੀਆਂ। ਇਹਦਾ ਜਵਾਬ ਅਗਰ ਸੁਣਨਾ ਹੈ ਤਾਂ ਦਾਸ ਨੂੰ ਵਕਤ ਹੋਰ ਚਾਹੀਦਾ, ਅਤੇ ਮੇਰੇ ਕੋਲ ਵਕਤ ਨੇ 30 ਤਰੀਕ ਤੋਂ ਬਾਅਦ ਛੁੱਟੀਆਂ ਆਪਣੀਆਂ। ਫਿਰ ਜਦੋਂ ਗੁਰੂ ਨੂੰ ਪਾਇਆ, ਜਦੋਂ ਅੰਜਲ ਬਣਿਆ, ਆਈਏ ਆਈਏ ਨਾ ਆਈਏ ਨਾ ਆਈਏ, ਉਹਦੀ ਮਰਜ਼ੀ। ਪਰ ਮੈਂ ਜਿਹੜੀ ਬੇਨਤੀ ਕਰਦਾ, ਅਗਰ ਇਹਦਾ ਜਵਾਬ ਸੁਣਨਾ ਹੈ ਤਾਂ ਦਿੱਲੀ ਦੇ ਹੀ ਇੱਕ ਬਹੁਤ ਮਹਾਨ ਰਾਈਟਰ ਹੋਏ ਨੇ, ਗਿਆਨੀ ਈਸ਼ਰ ਸਿੰਘ ਜੀ ਨਾਰਾ, ਮੈਂ ਨਾਮ ਲੈ ਕੇ ਉਹਨਾਂ ਦਾ ਜ਼ਿਕਰ ਕਰ ਰਿਹਾ।
दिल्ली के एक बहुत महान राइटर हैं ज्ञानी ईश्वर सिंह जी नारा, उन्होंने एक पुस्तक लिखी है सफरनामा बनाम जफरनामा, ये अर्थ तुम मिल गए, होर किसी किताब चो नहीं मिल सकते। दास की भी आदत बना दी मेरे पिता जी ने भी किसी गल के पिछे पै जाना तो उन्होंने छिड़ना ने जिन्ना चिर तुर तक नहीं पहुँचते। कह के नू रहे ने उते कल्ले लेटे हुए ने निर्जन बंदे अंदर, कोई परिवार का जी नाल नहीं है, साहबजादे अखां सामने शहीद करके आए ने, छोटियां की खबर कोई नहीं मिली, सिंह सारे दे सारे शहीद हो गए, सिर्फ उन्हां विचों आप सतगुरु जी बचे, भाई दया सिंह जी, धर्म सिंह जी और मान सिंह ते निकले, बाकी तो सारे गढ़ी भी शहीद हो गए, ते वह भी हाले पिछों नहीं पहुंचे। पर उस वेले मन विच आया, सवेरे अमृत वेला होया ते वजद विच ख्याल गाया, संगीत की दुनिया का एक सब तो वड्डा कलाकारी है किसी का ख्याल गाउणा। ख्याल विच दो जा चार शब्द होंदे ने पर उन्हां दे उत्ते दो दो तीन तीन घंटे गवैये गाउंदे ने, कहते सुनो इन्हां लोकां नूं फिर पता लगदा सदके जाइए पातशाह जी तुसीं ख्याल गायकी दे भी उस्ताद हो, तुसीं कविता दे भी उस्ताद हो, तुसीं संगीत दे भी उस्ताद हो, ते तुसीं तलवार दे भी उस्ताद हो। आखो सतनाम श्री वाहिगुरु। हर गल दे उस्ताद ने, एक उर्दू दे शायर ने श्री गुरु गोबिंद सिंह महाराज वास्ते ये गल आखी है कि ये साबित कर दिया तुझको बना के दस्ते कुदरत ने, दस्ते कुदरत रब दे हाथ ने। हे गुरु गोबिंद सिंह महाराज, तुहानू परमात्मा ने बना के एक गल सिद्ध कर दिती है, एक गल कह दिती है जी की, ये साबित कर दिया तुझको बना के दस्ते कुदरत ने कि हो सकती हैं इतनी खूबियां सूरत में इंसान की। अगर इंसान दी सूरत मूर्त विच अगर खूबियां दी मुकम्मलता देखनी है तो श्री गुरु गोबिंद सिंह महाराज के दर्शन कर लो। आखो सतनाम श्री वाहिगुरु। इसलिए मित्र प्यारे नूं हाल मरीदां दा कहना, किसी नूं सुनेहा दे जरा कोई जा रहा है, यह बहुत ही पापपूर्त। आपां जिस गल नूं आरंभ किया होया कल दा, अज बारिश करके भावें संगत की गिणती कल नालों घट है, पर कल भी बहुत संगत आई, शाम नूं भी भरपूर संगत आई, तो हुण भी मैनू भरपूर हॉल नज़र आ रहा है। जिहड़ी मैं गल कहनी वह मैं उस ही ईमानदारी और तनदेही और पूरे जोर शोर नाल तुहाडे नाल सांझी करांगा। ऐसो गुण मेरो प्रभ जी कीन, पंच दुख और अहंग रोग ए तन ते सगल दूर कीन। गुरु अकाल पुरख ने कृपा की, कल वीर जिंदर सिंह जी, भाई साहब हरबंस सिंह जी दफ्तर च बैठे स, कहिंदे देखो पूरा महीना यह हुक्मनामा आया नहीं, जिदन इसे हुक्मनामे की कथा करनी सी गुरु अर्जन देव महाराज जी ने सवेरे अमृत वेले यही हुक्मनामा बख्श दिता। मानो मेरी बांह फड़ ले, चल बच्चा तुर पै, हुण तू बेपरवाह होकर गुरु दियां गल्लां कर, हुण मैं तेरे नाल आ ते हर वेले तेरे नाल, गुरु मेरे संग सदा है नाले, ये एहसास हो गया। सो सतगुरु प्यारा मेरे नाल है, जिथे किथे मैनू लै छड़ाई, ये भरोसा बज गया, हुण किसे दी परवाह नहीं। आओ जरा पहली गल सुनिए, पहला दोष केड़ा है जी, अज्ञानता, अनपढ़ता, इलिटरेसी। इत्थे भाव है अकैडमिक एजुकेशन की गल नहीं, अध्यात्मक खेत्र विच तू बिल्कुल अनपढ़ है, तैनू हाले अध्यात्मक खेत्र की ए बी सी भी नहीं आउंदी है। दुनियावी विद्या जिनी भी तेरे को हो जाए मुबारक है, पर जिन्ना चिर अध्यात्मक इस स्कूल का दाखला नहीं, इस स्कूल के दाखले वास्ते तीन चीज़ा चाहिए ने, इत्थे दा टाइम टेबल पूरा करना है, इत्थे दी यूनिफॉर्म पहननी है, और इत्थे दी फीस अदा करनी है। ये तीन गल्लां करन तो बाद हुण सानू दाखला मिल गया, तो हुण इत्थे पढ़ाई जिहड़ी करनी है सानू 10 मास्टर्स पढ़ाउणगे, पहली पातशाह तो लैके गुरु गोबिंद सिंह महाराज तक। इस गल नूं आपां कल विस्थार नाल विचारे। अज दूसरा दोष है वह कहड़ा है, वह है असहमति। असहमति तो भाव है कि विचारां दी सांझ नहीं हो रही, ये बहुत वड्डा दोष है। क्यों नहीं हो रही? इसनूं दोष लेना, इसनूं औगण समझना, मेरे विचार नहीं किसी नाल रल रहे, इहनूं कहिंदे ने असहमति। जे घर विच किसी दे विचार नाल रलन तां देखो हर वेले कलेश रहेगा, जे किसी सभा सुसायटी विच मैंबरां दे विचार ना रलन तां खिमा करना उत्थे भी कलेश रहेगा। जे होर किसी कारोबार अंदर व्यापारियों के पार्टनर्स के आपस अंदर विचार ना मिलता उत्थे भी खतरा ते कलेश हर वेले बनिया रहेगा। इहदा मतलब विचारां दी सहमति होनी बहुत जरूरी है। कोई भी कम चलना चलता है, जिथे तुहाडे विचार मिलणगे उत्थे ही निभ सकदा है, जिथे विचारां विच वखरेवा होवेगा खिमा करना उत्थे तां बहुत मुश्किल। ते इह असहमति तां दोष होया ना, फिर इस असहमति दे दोष नूं किवें दूर किया जाए? सतगुरु जी ने अपनी बाणी अंदर एक विचार दिता है, बसंत महला पंजवा घर दूजा हंडो। देखो इस राग का, इस शब्द का सरलेख पढ़ो, ये अंदर दो रागों का जिक्र किया है। एक राग होंदा है बसंत,
एक राग हुंदा है हंडोल, पर गुरु साहब जी ने बसंत महला पंजवां घर दूजा, घर दूजा की है तबले दी ओ ताल जिहदे अंदर दो तालियां विच ओ ठेका पूरा हुंदा होवे, भाव तबले दा रिदम पूरा हुंदा, इस नूं कहिंदे ने घर दूजा। घर मैंने तबले दा रिदम, घर मैंने तबले दी ताल, बसंत राग हो गया, तुसीं इस नूं बसंत विच भी गाउणा है। फिर अखीर विच दित्ता है हिंडोल, हिंडोल भी एक राग है, ते इसलिए तुसी इस शब्द नूं घर दूजे दे अंदर कंपोज करके बसंत हंडोल राग विच गाउणा है। सदके जाइए जिन्हां कीर्तिने नूं बसंत हंडोल राग आउंदा होवे, नहीं तां उन्हां ने किसे भी धुनी दे अंदर शब्द ते गा ही जाणा, शब्द ते शब्द ही है। पर गुरु साहिब जी दा हुक्म है कि बसंत महला पंजवां घर दूजा हिंडोल, पंक्ति सतगुरु जी ने की दित्ती है इक ओंकार सतगुरु प्रसाद, जिथे दुबदा होवे उत्थे कोई भी काम निपरे नहीं चढ़ सकता, क्योंकि अखीर कोई ना कोई नाराजगी बनी रहेगी, मेरी इन्होंने गल नहीं सुनी, मैनू ने इन्होंने पूछया, मैनू ने इन्हों ने हुंदा कि नहीं हुंदा। हुण पता नहीं ये गल किहदे ते संगत अंदर लगे जां किहदे ते टुके, पर गुरबाणी कहती है आओ मैं तुहानूं इहदा हल दिया। गुरु महाराज कहिंदे ने मैं इहदा हल दे सकदा जी, किहड़ा होए इकत्तर मिलो मेरे भाई, दुबदा दूर करो लिवलाई, हर नामे के हो वो जोड़ी, गुरमुख बैठो सफा बछाए जी, आखो सतनाम श्री। यह तरीका अपने सहमति करन दा, भई आ जाओ कट्ठे होइए किसी गल ते विचार करना है, विचार करो, तुसी आपो अपना विचार दे सकते हैं, पर यह ना कहो कि मेरा विचार मनिया जाए, इदा नहीं होवेगी। तुहानू विचार देने का अधिकार है, इट इज कॉल्ड फ्रीडम ऑफ स्पीच, फ्रीडम ऑफ एक्सप्रेशन। तुसी अपना आइडिया एक्सप्रेस कर सकते हो, तुसी अपना ख्याल एक्सप्रेस कर सकते हो, तुहानू फ्रीडम है बोलन दी, तुहानू बिठाया गया इसलिए बुलाया गया, पर वो विचार गुरु की हजूरी विच होवे, किसी होटल विच ना होवे, किसी क्लब च ना होवे, किसी बाहर महल्ले विच ना होवे, किसी आम कमरे च ना होवे, क्योंकि इत्थे बैठे अगर करांगे तो सानू गुरु का भय होवेगा, उत्थे होवेगा तो मैं फलाना, तू मैनू कहना मैं फलाना, तू मैनू कहना तेनू पता नहीं मैं कौन हां, तेनू पता नहीं मैं की हाँ। वो जिहड़ा झगड़ा है वह साडी असहमति का प्रतीक है। इत्थे जो फाइनल होवेगा श्री गुरु ग्रंथ साहिब महाराज के पावन बचना राही होवेगा। तुसी अपना विचार दिओ, विचार देने तो बाद सारे नूं आखो जी जे मेरा चंगा लगे तो इन्हों एक्सैप्ट कर लो, जे तुसी रिजैक्ट कर दे तो मैनू कोई तकलीफ, पर रिजैक्ट किया नहीं उन्हें दूजा झंडा गड़िया नहीं, आखो सतनाम श्री वाहे। तुसी विचार दिता बहुत अच्छी गल की है, पर बाकी सारे नूं बड़े निम्रता सहित बेनती करो, जिस बंदे नूं गुस्सा आउंदा है उन्हों परिया विच बैठ के गल नहीं करनी चाहिए। मेरी एक एक गल नोटिस करते जाओ, जे कोई गल करनी है तो मैं हाले तीन दिन इत्थे हाँ। जिस बंदे नूं सभा च गल नहीं करनी आती, सभा च बोलना नहीं आता, किसी का सुनना नहीं आता, वह सभा विच ना बैठे, क्योंकि वह कहेगा जो मैं बोलता हाँ वह पत्थर ते लकीर है, बाकी सारे ही झूठे ने। नहीं, हर बंदे दी बुद्धि का लेवल अपना है, तू आख, पर फैसला उस सुप्रीम पावर के उत्ते छड़न, ते साडी सुप्रीम पावर कौन है? तन श्री गुरु ग्रंथ साहिब महाराज। अरदास करो ये अगे, महाराज असी इस मसले ते इकट्ठे हुए हैं, यह मसला साडी दुविधा का कारण बने है, यह मसला साडे झगड़े का कारण बने है, इसनों तुसी निपटाओ। तो देखो सतगुरु जी तो अरदास करके हुक्मनामा लो, हुण कोई उसनों मने ना मने, क्योंकि मैं नहीं, मैं ना मानूं तो इहदा तां फिर कोई हल नहीं है। फिर जे तुसी आखोगे जी ये गलत बात है, इदा नहीं होनी चाहिए, उन्होंने दूजे दिन कितने होर थां जाके निशान साहब गड़ लेना, एक गुरुद्वारे चो गुरद्वारे क्यों निकलते हैं, एक तो उन्होंने गल नहीं मनी, दूसरा गुरद्वारा होंद विच आ गया। इसलिए इत्थे है होए इकत्तर मिलो मेरे भाई, आपां गुरबाणी के आधार से अपने विचारां दी सांझ करनी। मैं एक होर बेनती करां, साडे तुहाडे शरीर की बनतर सारिआं दी इको जिही है, इस गल नूं श्री गुरु गोबिंद सिंह महाराज कहिंदे ने, एक है नैन एक है कान एक है दे एक है बान खाक बाद आतश और आब को रलाओ है। मिट्टी पानी हवा जो मेरे शरीर नूं लगा है, आप सारे दी भी होई है, जिथे मेरे नक कन अख मूह हथ पैर ने उथे ही सारे दे आप दे है। फिर ते पर बखरेवा किस गल दा है? बखरेवा है विचारां दा, बाकी सब कुछ इको जिहा ही है, सब देखण नूं इको जिहा ही है, पर वो विचारां दा किदां पता लगदा है? कोई मनुख मिठा बोल के अपने विचार प्रगट करता है, कोई बंदा कौड़े बोल बोल के अपने विचार, फर्क इस गल दा है। सतगुरु जी ने अपनी बाणी अंदर लिखा है, बिरखे हेठ सब जंत इकट्ठे, एक तत्ते एक बोलन मिठे, अस्त उदोत पै उठ चले ज्यों ज्यों औध विहाणी। शाम का वेला, मैं हुणे ही आउंदा होया पढ़ के आया इस पंक्ति के अर्थ, शाम का वेला
ਬ੍ਰਿਸ਼ ਦੇ ਉੱਤੇ, ਦਰਖਤ ਦੇ ਉੱਤੇ ਆ ਕੇ ਅਨੇਕਾਂ ਹੀ ਜਾਨਵਰ ਬੈਠ ਗਏ, ਸੈਂਕੜੇ ਦੀ ਗਿਣਤੀ ਅੰਦਰ ਜਾਨਵਰ ਬੈਠੇ ਨੇ। ਸਵੇਰੇ ਜਦੋਂ ਮੁੜ ਕੇ ਫਿਰ ਸੂਰਜ ਚੜਿਆ, ਅਸਤ ਉਦੋਤ, ਅਸਤ ਮੈਨੇ ਡੁੱਬਣਾ ਤੇ ਉਦੋਤ ਮੈਨੇ ਉਦੇ ਹੋਣਾ, ਉਦੇ ਮਣ ਜਦੋਂ ਸਵੇਰੇ ਫਿਰ ਸੂਰਜ ਪ੍ਰਗਟ ਹੋਇਆ, ਸੂਰਜ ਚੜਿਆ, ਉਦੇ ਭਾਨ ਜਬ ਚੀਨਾ ਹੋਇਆ ਤੇ ਸਾਰੇ ਪੰਛੀ ਉੱਡ ਕੇ ਚਲੇ ਗਏ। ਪਰ ਇੱਕ ਰਾਤ ਦੀ ਰਹਿਸ਼ ਵਿੱਚ ਕਈ ਤਾਂ ਬੜੇ ਆਰਾਮ ਨਾਲ ਸੌ ਕੇ ਗਏ ਤੇ ਕਈ ਇੱਕ ਦੂਸਰੇ ਦੇ ਚੁੰਝਾਂ ਮਾਰਦੇ ਗਏ, ਉਹ ਬੈਠੇ ਹੀ ਲੜਦੇ ਰਹੇ ਉੱਥੇ। ਇਸ ਨੂੰ ਗੁਰੂ ਸਾਹਿਬ ਨੇ ਆਖਿਆ ਵੀ ਉੱਡਤੇ ਅਸੀਂ ਸਾਰੇ ਹੀ ਜੀਵ ਇਸ ਆਕਾਸ਼ ਬ੍ਰਿਖਸ਼ ਦੇ ਥੱਲੇ ਹਾਂ, ਅਸੀਂ ਆਸਮਾਨ ਦੇ ਥੱਲੇ ਬੈਠੇ ਹਾਂ ਤੇ ਜਦੋਂ ਦਿਨ ਰਾਤ ਬੀਤੀਤੀ, ਦਿਨ ਚੜਿਆ, ਸਾਰਿਆਂ ਨੂੰ ਉੱਠ ਕੇ ਚਲੇ ਜਾਣ। ਪਰ ਇਸ ਇੱਕ ਰਾਤ ਦੇ ਸਮੇਂ ਅੰਦਰ ਅਸੀਂ ਕੀ ਕਰਦੇ ਹਾਂ ਕਿ ਕਿਸੇ ਨੇ ਕੌੜੇ ਬੋਲ ਬੋਲ ਕੇ ਤੇ ਕਿਸੇ ਨੇ ਮਿੱਠੇ ਬੋਲ ਬੋਲ ਕੇ ਆਪਣੀ ਰਾਤ ਬਤੀਤ ਕਰ ਲਈ। ਇੱਕ ਰਾਤ ਜੁੜਦੀ ਜੁੜਦੀ ਸੱਤ ਹੋ ਗਈਆਂ, ਹਫ਼ਤਾ ਬਤੀਤ ਹੋ ਗਿਆ, ਹਫ਼ਤੇ ਜੁੜਦੇ ਜੁੜਦੇ ਮਹੀਨੇ ਬਤੀਤ ਹੋ ਗਏ, ਮਹੀਨੇ ਜੁੜਦੇ ਜੁੜਦੇ ਵਰ੍ਹਾ ਹੋ ਗਿਆ ਤੇ ਵਰ੍ਹੇ ਜੁੜਦੇ ਜੁੜਦੇ ਸਾਰੀ ਉਮਰ ਕੌੜਾ ਹੀ ਬੋਲਦੇ ਚਲੇ ਗਏ। ਆਖੋ ਸਤਨਾਮ ਸ਼੍ਰੀ ਵਾਹਿ ਬਿਰਖੇ ਹੇਠ ਸਭ ਜੰਤੀ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ। ਜਿਹਨਾਂ ਬੰਦਿਆਂ ਨੂੰ ਕ੍ਰੋਧ ਆਉਂਦਾ ਹੈ ਉਹਨਾਂ ਨੂੰ ਕਦੇ ਵੀ ਮਹਿਫਲ ਵਿੱਚ ਬੈਠ ਕੇ ਗੱਲ ਨਹੀਂ ਕਰਨੀ ਚਾਹੀਦੀ। ਜਿਹੜਾ ਬੰਦਾ ਦੂਸਰੇ ਦੀ ਗੱਲ ਸੁਣ ਨਹੀਂ ਸਕਦਾ ਉਹਨੂੰ ਵੀ ਕਦੇ, ਕਿਉਂਕਿ ਉਹ ਬੋਲੇਗਾ ਕਿ ਜੋ ਮੈਂ ਬੋਲਦਾ ਹਾਂ ਇਹ 110% ਸਹੀ ਆ, ਇਹ ਪੱਥਰ 'ਤੇ ਲਕੀਰ ਹੈ। ਅਤੇ ਹਰ ਬੰਦਾ ਤਾਂ ਤੁਹਾਡੇ ਵਿਚਾਰ ਨਾਲ ਸਹਿਮਤ ਨਹੀਂ ਹੋ ਸਕਦਾ। ਬਾਬੇ ਨਾਨਕ ਦੇ ਮਹਾਰਾਜ ਦੇ ਵਿਚਾਰ ਨਾਲ ਗੁਰੂ ਦੇ ਪੁੱਤਰ ਸਹਿਮਤ ਨਹੀਂ ਹੋਏ, ਉਹਨਾਂ ਨੇ ਆਪਣੀ ਅਲੱਗ ਗੱਦੀ ਬਣਾ ਲਈ। ਮੈਂ ਇਸੇ ਲਈ ਆਖਿਆ ਵੀ ਸਭਾ ਸੁਸਾਇਟੀ ਵਿੱਚ ਉਹੀ ਵਿਅਕਤੀ ਬੈਠੇ ਆ ਜਿਸ ਨੂੰ ਥਰਮੇ ਨਾਲ ਗੱਲ ਕਰਨ ਦਾ ਸੁਭਾਅ ਹੋਵੇ, ਜਿਹਨੂੰ ਧੀਰਜ ਨਾਲ ਗੱਲ ਕਰਨੀ ਆਉਂਦੀ ਹੋਵੇ, ਆਪਣਾ ਤੂੰ ਖਿਆਲ ਸੰਗਤ ਅੰਦਰ ਸਾਹਮਣੇ ਆਪਣੀ ਕਮੇਟੀ ਮੈਂਬਰ ਜਾਂ ਜੋ ਵੀ ਜਿਸ ਵੀ ਸਭਾ ਵਿੱਚ ਆਪਾਂ ਬੈਠੇ ਹਾਂ ਵਪਾਰੀਆਂ ਵਿੱਚ ਦੇ ਦੇ, ਜੇ ਤੇਰੀ ਮੰਨ ਲੈਣਗੇ ਤਾਂ ਤੇਰੀ ਜੈ ਜੈਕਾਰ ਹੋ ਜਾਏਗੀ, ਜੇ ਨਹੀਂ ਮੰਨਿਆ ਤਾਂ ਮੈਂ ਛੱਡ ਕੇ ਨਹੀਂ ਜਾਵਾਂਗਾ, ਰੋਵਾਂਗਾ ਤੁਹਾਡੇ ਨਾਲ ਹੀ। ਪਰ ਇੱਦਾਂ ਇਸ ਨੂੰ ਕਹਿੰਦੇ ਨੇ ਅਸਹਿਮਤੀ ਦਾ ਔਗਣ ਹੈ ਤੇਰੇ ਅੰਦਰ, ਬਹੁਤ ਤੂੰ ਕਿਸੇ ਦੇ ਵਿਚਾਰਾਂ ਨਾਲ ਆਪਣੇ ਆਪ ਨੂੰ ਮੰਨਦਾ ਨਹੀਂ। ਕਿਉਂ ਨਹੀਂ ਮੰਨਦਾ? ਇੱਕ ਵਾਰੀ ਅਸੀਂ ਸੀਸਗੰਜ ਸਾਹਿਬ ਖੜੇ ਸਾਂ, ਗਿਆਨੀ ਸੰਤ ਸਿੰਘ ਜੀ ਮਸਕੀਨ, ਪਿਤਾ ਜੀ ਹੋਰ ਰਾਗੀ ਸਿੰਘ, ਜੈ ਸਿੰਘ ਜੀ ਸ਼ੁਗਲ ਕਾਨਪੁਰ ਵਾਲੇ, ਭਾਈ ਕਲਿਆਣ ਸਿੰਘ ਜੀ ਲਖਨਊ ਵਾਲੇ, ਇਹ ਉਹ ਬੰਦੇ ਸਨ ਮਸਕੀਨ ਜੀ ਦੇ ਨਾਲ। ਉਸ ਸਮੇਂ ਦੀ ਮੈਂ ਗੱਲ ਕਰ ਰਿਹਾ, ਇੱਕ ਸੱਜਣ ਆਇਆ ਕਹਿੰਦਾ ਮਸਕੀਨ ਜੀ ਤੁਹਾਨੂੰ ਇੱਕ ਸਵਾਲ ਪੁੱਛਣਾ ਹੈ। ਮਸਕੀਨ ਜੀ ਬੜੇ ਠਰਮੇ ਨਾਲ ਬੋਲਦੇ, ਹਾਂਜੀ ਬੋਲੋ ਗੁਰਮੁਖ ਪਿਆਰਿਓ। ਕਹਿੰਦਾ ਮੈਂ ਇਹ ਗਿਆਨੀ ਮਾਨ ਸਿੰਘ ਝੌਰ ਨੂੰ ਪੁੱਛਿਆ, ਮੈਂ ਇਹ ਗਿਆਨੀ ਇੰਦਰ ਸਿੰਘ ਨੂੰ ਪੁੱਛਿਆ, ਉਹਨੇ ਪੰਸਤ ਪ੍ਰਚਾਰਕਾਂ ਦੇ ਨਾਂ ਲਏ, ਸਵਾਲ ਉਹਨੇ ਨਹੀਂ ਬੋਲਿਆ। ਕਹਿਣ ਲੱਗੇ ਵੀ ਜੇ ਇੰਨਿਆਂ ਨੇ ਤੇਰਾ ਜਵਾਬ ਨਹੀਂ ਦਿੱਤਾ ਤਾਂ ਖਿਮਾ ਕਰਨਾ, ਮੈਂ ਵੀ ਤੇਰਾ ਜਵਾਬ ਨਹੀਂ ਦਿੱਤਾ। ਪਿਤਾ ਜੀ ਦਾ ਹੱਥ ਫੜ ਕਹਿੰਦੇ ਆਓ ਭਾਈ ਸਾਹਿਬ ਚਲੀਏ। ਹੁਣ ਜਦੋਂ ਅਸੀਂ ਉੱਥੋਂ ਟੁਰੇ ਤਾਂ ਪਿਤਾ ਜੀ ਨੇ ਕਹਿਣਾ ਸੀ, ਕਿਉਂਕਿ ਜਿੰਨੀ ਕਿਸੇ ਦੀ ਨੇੜਤਾ ਹੋਵੇ ਉਨਾ ਬੰਦਾ ਅਭੇਦ ਹੋ ਕੇ ਗੱਲਬਾਤ ਕਰ ਸਕਦਾ ਹੈ, ਬੇਫਿਕਰ ਹੋ ਕੇ ਗੱਲ ਕਰ ਸਕਦਾ। ਪਿਤਾ ਜੀ ਕਹਿੰਦੇ ਮਸਕੀਨ ਜੀ ਤੁਸੀਂ ਉਹਦਾ ਸਵਾਲ ਸੁਣਿਆ ਹੀ ਨਹੀਂ, ਪਹਿਲਾਂ ਹੀ ਕਹਿਤਾ। ਕਹਿੰਦੇ ਨਹੀਂ ਸਵਾਲ ਵੀ ਉਹਦਾ ਹੀ ਹੈ, ਧਿਆਨ ਨਾਲ ਸੁਣਿਓ ਮਸਕੀਨ ਜੀ ਦਾ ਜਵਾਬ। ਕਹਿੰਦੇ ਸਵਾਲ ਵੀ ਉਹਦਾ ਹੀ ਹੈ ਤੇ ਜਵਾਬ ਵੀ ਉਹਦਾ ਹੀ ਹੈ, ਕਿਉਂਕਿ ਜਵਾਬ ਵੀ ਘਰੋਂ ਹੀ ਮਿਥ ਕੇ ਆਇਆ ਹੈ। ਤੂੰ ਸਵਾਲ ਕਰ ਤੇ ਸਾਹਮਣ ਲੈ ਤੇ ਜਵਾਬ ਲੈ। ਹੁਣ ਜਿਸ ਬੰਦੇ ਦੀ ਅਸਹਿਮਤੀ ਹੈ ਨਾ, ਉਹਦਾ ਕਾਰਨ ਪਤਾ ਕੀ ਹੈ? ਸਭਾ ਵਿੱਚ ਬੈਠਾ ਉਹ ਗੱਲ ਕਰਦਾ ਤੇ ਉਹ ਕਹਿੰਦਾ ਇਹਦਾ ਜਵਾਬ ਵੀ ਆਹ ਹੀ ਹੋਣਾ ਚਾਹੀਦਾ। ਇਹ ਤਾਂ ਕੋਈ ਜ਼ਰੂਰੀ ਨਹੀਂ ਵੀ ਤੇਰਾ ਜਵਾਬ ਗਲਤ ਵੀ ਹੋ ਸਕਦਾ। ਇਸ ਲਈ ਗੁਰੂ ਸਾਹਿਬ ਜੀ ਨੇ ਆਖਿਆ ਬਿਰਖੇ ਹੇਠ ਸਭ ਜਾਂ। ਪਿਤਾ ਜੀ ਕਹਿੰਦੇ ਤੁਸੀਂ ਉਹਦਾ ਸਵਾਲ ਹੀ ਨਹੀਂ ਸੁਣਿਆ। ਕਹਿੰਦੇ ਮੈਨੂੰ ਪਤਾ ਉਹਦਾ ਸਵਾਲ ਕੀ ਸੀ। ਉਹ ਸਵਾਲ ਨਹੀਂ ਮੈਂ ਤੁਹਾਡੇ ਸਾਹਮਣੇ ਦੱਸਣਾ, ਉਹਦਾ ਸਵਾਲ ਕੀ ਸੀ ਮੈਨੂੰ ਇਸ ਗੱਲ ਦਾ ਪਤਾ ਹੈ, ਤੇ ਦੂਸਰਾ ਉਹਦਾ ਜਵਾਬ ਵੀ ਉਹੀ ਹੋਣਾ ਜਿਹੜਾ, ਜੇ ਤਾਂ ਉਹਦਾ ਜਵਾਬ ਤੇ ਕਿੱਦਾਂ ਪਤਾ ਲੱਗ ਸਕਦਾ ਵੀ ਇਹਦਾ ਕੀ ਜਵਾਬ ਹੈ, ਉਹ ਤਾਂ ਉਹਦੇ ਮਨ ਦੀ ਗੱਲ ਹੈ। ਕਹਿੰਦੇ ਜੀ ਪਿਆਰਿਆ ਮੈਨੂੰ ਖਿਮਾ ਕਰੀ, ਇੱਦਾਂ ਅਸੀਂ ਆਪਣੀ ਅਸਹਿਮਤੀ ਦਾ ਬਈ ਨਹੀਂ ਤੇਰੇ ਨਾਲ ਸਾਡੀ ਸਾਂਝ ਨਹੀਂ ਬਣਦੀ। ਪਰ ਉਹ ਬੰਦਾ ਫਿਰ ਉੱਠ ਕੇ ਨਾ ਜਾਵੇ। ਇਸ ਨੂੰ ਕਹਿੰਦੇ ਨੇ ਬਿਰਖੇ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ, ਅਸਤ ਅਦੋਤ ਪਿਆ ਉੱਠ ਚੱਲੇ ਜਿਉਂ ਜਿਉਂ ਅਹੁਦ ਵਿਹਾਣੀ। ਹੁਣ ਆਪਾਂ ਇੱਥੇ ਆਈਏ ਵੀ ਸਹਿਮਤੀ ਹੋਵੇ ਤਾਂ ਕਿਵੇਂ ਹੋਵੇ। ਬਾਹਰੋਂ ਦੇਖਣ ਨੂੰ ਸਾਡੀ ਸਹਿਮਤੀ ਹੈ, ਸਾਡੀ ਸੂਰਤ ਦੀ ਸਾਰਿਆਂ ਦੀ ਸਹਿਮਤੀ ਹੈ, ਸ਼ਕਲ ਦੀ ਸਾਡੀ ਸਹਿਮਤੀ ਹੈ। ਦਾਸ ਨੇ ਦਸਤਾਰ ਸਜਾਈ, ਆਪਾਂ ਨੇ ਵੀ ਸੁੰਦਰ ਸੁੰਦਰ ਸਜਾਈਆਂ, ਦਾੜਾ ਹੈ, ਚਿਹਰਾ ਮੋਰਾ ਹੈ, ਬਸਤਰ ਪਹਿਨੇ ਨੇ, ਤੁਸਾਂ ਵੀ ਸਾਰੇ ਬਰਾਬਰ ਹੋ ਗਏ। ਫਰਕ ਕੀ ਹੈ? ਸਤਿਗੁਰੂ ਜੀ ਆਪਣੀ ਬਾਣੀ ਦੁਆਰਾ ਸਾਨੂੰ ਫਰਕ ਸਮਝਾਉਂਦੇ ਨੇ। ਕਹਿੰਦੇ ਨੇ ਮੇਰੇ ਵਾਹਿਗੁਰੂ ਪਰਮਾਤਮਾ ਨੇ ਇਹ ਸ੍ਰਿਸ਼ਟੀ ਸਾਜੀ ਤੇ ਵਿੱਚ ਇੱਕ ਫਰਕ ਰੱਖ ਦਿੱਤਾ। ਫਰਕ ਕੀ ਹੈ? ਆਪੇ ਫਰਕ ਕਰੇ ਵੇਗ ਵਿਕਸੈ ਸਭ ਰਸ ਦੇਹੀ ਮਹਾਹੇ। ਸਾਰਿਆਂ ਦੇ ਅੰਦਰ ਉਹਨਾਂ ਨੇ ਸੋਚ ਦਾ ਫਰਕ ਰੱਖ ਦਿੱਤਾ ਹੈ, ਇਸ ਕਰਕੇ ਸਾਡੀ ਅਸਹਿਮਤੀ ਹੈ। ਹਰ ਬੰਦੇ ਦੀ ਅਕਲ ਦਾ ਲੈਵਲ ਵੱਖੋ ਵੱਖਰਾ ਹੈ, ਇਸ ਕਰਕੇ ਸਾਡੀ ਅਸਹਿਮਤੀ ਹੈ। ਹੁਣ ਇਸ ਅਸਹਿਮਤੀ ਨੂੰ ਆਪਾਂ ਸਹਿਮਤੀ ਕਰਨਾ, ਭਾਵ ਇੱਕ ਵਿਚਾਰ ਸਾਡਾ ਕਿੱਦਾਂ ਹੋਵੇ। ਸ਼ਕਲ ਤੇ ਗੁਰੂ ਨਾਨਕ ਦੇਵ ਮਹਾਰਾਜ ਦੀ ਵੀ ਬੱਚਿਆਂ ਨਾਲ ਰਲਦੀ ਸੀ, ਪਰ ਵਿਚਾਰਾਂ ਦੀ ਅਸਹਿਮਤੀ ਹੋਣ ਕਰਕੇ ਘਰ ਵਿੱਚ ਹਰ ਵੇਲੇ ਕਲੇਸ਼ ਰਹਿੰਦਾ ਸੀ। ਸ਼ਕਲ ਤੇ ਗੁਰੂ ਅੰਗਦ ਦੇਵ ਮਹਾਰਾਜ ਦੀ ਵੀ ਦਾਤੂ ਤੇ ਦਾਸੂ ਨਾਲ ਮਿਲਦੀ ਹੋਵੇਗੀ, ਪਿਤਾ ਹੈ
ਪਰ ਘਰ ਵਿੱਚ ਵਿਚਾਰਾਂ ਦੀ ਸਾਂਝ ਨਾ ਹੋਣ ਕਰਕੇ ਕਈ ਵਾਰੀ ਉਹਨਾਂ ਦੇ ਵਿੱਚ ਵੀ ਕਲੇਸ਼ ਪੈਂਦਾ ਸੀ। ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦੇ ਬੱਚੇ ਵੀ ਹੋਏ ਨੇ ਮੋਹਣ ਅਤੇ ਮੋਹਰੀ, ਸ਼ਕਲਾਂ ਵੀ ਬਾਪ ਨਾਲ ਅਵਸ਼ ਮਿਲਦੀਆਂ ਹੋਣਗੀਆਂ, ਸ਼ਕਲਾਂ ਅਸੀਂ ਤੁਸੀਂ ਸਾਰੇ ਇੱਕੋ ਹੀ ਹਾਂ, ਸ਼ਕਲਾਂ ਵੀ ਸਭ ਦੀਆਂ ਮਿਲਦੀਆਂ ਹੋਣਗੀਆਂ, ਪਰ ਵਿਚਾਰਾਂ ਦੀ ਸਹਿਮਤੀ ਨਾ ਹੋਣ ਕਰਕੇ ਮੋਹਣ ਅਤੇ ਮੋਹਰੀ ਨਾਲ ਵੀ ਅਕਸਰ ਝਗੜਾ ਹੀ ਰਹਿੰਦਾ ਸੀਗਾ। ਵਾਰੀ ਆ ਗਈ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ, ਧੰਨ ਗੁਰੂ ਰਾਮਦਾਸ ਦੇ ਵੀ ਬੱਚੇ ਸਨ, ਪਰ ਵਿਚਾਰਾਂ ਦੀ ਸਾਂਝ ਨਾ ਹੋਣ ਕੇ ਪ੍ਰਿਥੀ ਚੰਦ ਨਾਲ ਹਰ ਵੇਲੇ ਕਲੇਸ਼ ਬਣਿਆ ਰਹਿੰਦਾ ਸੀ। ਮੈਂ ਆਰੰਭ ਅੰਦਰ ਬੇਨਤੀ ਕੀਤੀ, ਜਿਸ ਘਰ ਵਿੱਚ ਵਿਚਾਰਾਂ ਦੀ ਸਾਂਝ ਨੇ ਉੱਥੇ ਕਲੇਸ਼ ਹੀ ਰਹੇਗਾ, ਜਿਸ ਸਭਾ ਸੁਸਾਇਟੀ ਵਿੱਚ ਵਿਚਾਰਾਂ ਦੀ ਕਲੇਸ਼ ਨਹੀਂ ਉੱਥੇ ਵਿਛਾਂਝ ਨਹੀਂ, ਉੱਥੇ ਕਲੇਸ਼ ਹੀ ਰਹੇਗਾ। ਅਤੇ ਇੱਕ ਦਿਨ ਧੰਨ ਗੁਰੂ ਰਾਮਦਾਸ ਮਹਾਰਾਜ ਇਸ ਪੁੱਤਰ ਦੇ ਹੱਥੋਂ ਐਡੇ ਦੁਖੀ ਹੋ ਗਏ, ਇੰਨੇ ਪਰੇਸ਼ਾਨ ਹੋ ਗਏ, ਮੈਂ ਦੁਖੀ ਸ਼ਬਦ ਇਸ ਲਈ ਵਰਤਿਆ ਕਿ ਉਹਨਾਂ ਦੀ ਸ਼ਬਦ ਦੀ ਸੈਂਸ ਸਮਝਣ ਦਾ ਯਤਨ ਕਰੋ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਕਾਹੇ ਪੂਤ ਝਗੜਤ ਹੋ ਸੰਗ ਬਾਪ, ਕਿਉਂ ਮੇਰੇ ਨਾਲ ਝਗੜਾ ਕਰਦਾ, ਕਿਉਂ ਮੇਰੇ ਨਾਲ ਇੱਦਾਂ, ਕਿਉਂ ਵਿਚਾਰਾਂ ਦੀ ਸਾਂਝ ਨਹੀਂ। ਇਹ ਅਸਹਿਮਤੀ ਦਾ ਦੋਸ਼ ਹੈ ਸਾਧ ਸੰਗਤ ਜੀ, ਅਸਹਿਮਤੀ ਦਾ ਦੋਸ਼ ਕਿਉਂ ਹੈ? ਇਸਲਾਮ ਦੇ ਅੰਦਰ ਇੱਕ ਅਕੀਦਾ ਹੈ, ਕਿੰਨਾ ਕੁ ਸਹੀ ਹੈ ਕਿੰਨਾ ਕੁ ਨਹੀਂ ਹੈ ਤੁਸੀਂ ਵੀ ਜਾਣਦੇ ਹੋਵੋਗੇ, ਮੈਂ ਵੀ ਜਾਣਦਾ। ਅੱਲਾਹ ਦੀ ਦਰਗਾਹ ਦੇ ਬਾਹਰ ਸ਼ੈਤਾਨ ਖੜਾ ਹੈ, ਸ਼ੈਤਾਨ ਨੂੰ ਖੁਦਾ ਦੇ ਅੰਦਰ ਜਾਣ ਦਾ ਅਧਿਕਾਰ ਨਹੀਂ ਹੈ, ਉਹ ਬਾਹਰ ਖੜਾ ਹੈ। ਜਦੋਂ ਵੀ ਕੋਈ ਜੀਵ ਉਹਦੀ ਦਰਗਾਹ ਤੋਂ ਬਾਹਰ ਆਉਂਦੇ ਨੇ ਤਾਂ ਸਭ ਤੋਂ ਪਹਿਲਾਂ ਉਹਨੂੰ ਕੌਣ ਮਿਲਦਾ ਹੈ? ਸ਼ੈਤਾਨ। ਜਦੋਂ ਇੱਥੋਂ ਕਹਿ ਜੀਵ ਨੂੰ ਕਹਿ ਚੱਲ ਬਈ ਚੱਲ ਚੱਲ ਜਾ, ਹੁਣ ਤੇਰਾ ਲੇਖਾ ਜੋਖਾ ਧਰਤੀ 'ਤੇ ਹੈ, ਅਤੇ ਸ਼ੈਤਾਨ ਉਹਨੂੰ ਮੋਰੇ ਮਿਲਦਾ। ਇਸਲਾਮ ਵਾਲੇ ਕਹਿੰਦੇ ਨੇ ਸ਼ੈਤਾਨ ਉਹਦੇ ਕੰਨ 'ਚ ਦੋ ਗੱਲਾਂ ਕਹਿੰਦਾ, ਜਦੋਂ ਦਾ ਖੁਦਾ ਅੰਦਰ ਬੈਠਾ ਹੈ ਉਦੋਂ ਦਾ ਮੈਂ ਇੱਥੇ ਖੜਾ, ਤੇਰੇ ਵਰਗਾ ਸੋਹਣਾ ਕੋਈ ਨਹੀਂ ਗਿਆ ਅਤੇ ਤੇਰੇ ਵਰਗਾ ਸਿਆਣਾ ਕੋਈ ਨਹੀਂ ਗਿਆ। ਆਖੋ ਸਤਨਾਮ, ਜਿੱਦਣ ਦਾ ਉਹ ਸ੍ਰਿਸ਼ਟੀ ਸਾਜ ਰਿਹਾ ਉਦੋਂ ਦਾ ਮੈਂ ਇੱਥੇ ਖੜਾ। ਇਹਨੂੰ ਉਹਨਾਂ ਦੀ ਬੋਲੀ ਵੀ ਸੁਣੀਏ, ਤੇਰੇ ਵਰਗਾ ਸ਼ਕੀਲ ਕੋਈ ਨਹੀਂ ਗਿਆ ਅਤੇ ਤੇਰੇ ਵਰਗਾ ਅਕੀਲ ਕੋਈ ਨਹੀਂ ਗਿਆ। ਅਕੀਲ ਮੈਨੇ ਅਕਲ ਵਾਲਾ ਅਤੇ ਸ਼ਕੀਲ ਮੈਨੇ ਸ਼ਕਲ ਵਾਲਾ। ਆਖੋ ਸਤਨਾਮ ਸ਼੍ਰੀ, ਮੈਂ ਦੋਨੋਂ ਸ਼ਬਦ ਇੱਕੋ ਜਿਹਾ ਲੈਵਲ ਦੇ ਵਰਤਦੇ ਨੇ ਤਾਂ ਕਿ ਸਮਝ ਲਈਏ। ਤੇਰੇ ਵਰਗਾ ਸ਼ਕੀਲ ਕੋਈ ਨਹੀਂ ਗਿਆ ਅਤੇ ਤੇਰੇ ਵਰਗਾ ਅਕੀਲ ਕੋਈ ਨਹੀਂ ਗਿਆ। ਇਹ ਜਿਹੜੀ ਹਉਮੈ ਹੰਕਾਰ ਦੀ ਫੂਕ ਉਹਦੇ ਕੰਨ ਵਿੱਚ ਪਹਿਲੇ ਦਿਨ ਪੈਂਦੀ ਹੈ ਨਾ, ਇਹ ਸਾਰਾ ਦਿਨ ਇਹਨੂੰ ਕਿਸੇ ਨਾਲ ਸਹਿਮਤ ਨਹੀਂ ਹੋਣ ਦਿੰਦੀ। ਆਖੋ ਸਤਨਾਮ ਸ਼੍ਰੀ ਵਾਹਿ, ਇਹ ਸਾਰਾ ਇਹਨੂੰ ਚੁੱਕਣੇ ਨਹੀਂ ਦਿੰਦੀ ਕਿਉਂਕਿ ਮੇਰੇ ਵਰਗਾ ਸਿਆਣਾ ਕੋਈ। ਅਤੇ ਤੁਸੀਂ ਦੇਖੋ ਹਰ ਬੰਦਾ ਅੱਜ ਦੇ ਦੌਰ ਵਿੱਚ ਇਹੀ ਕਹਿੰਦਾ ਹੈ ਕਿ ਮੇਰੇ ਵਰਗਾ ਸਿਆਣਾ ਕੋਈ। ਸਾਡੀ ਸ਼੍ਰੇਣੀ ਦੇ ਵੀ ਕੁਝ ਬੰਦੇ ਇਸ ਲੈਵਲ ਨੂੰ ਪਹੁੰਚ ਗਏ ਨੇ ਜਿਹੜੇ ਇਸ ਗੱਲ ਦੀ ਡੰਕੇ ਦੀ ਚੋਟ ਨਾਲ ਕਹਿੰਦੇ ਵੀ ਜੋ ਮੈਂ ਕਹਿ ਰਿਹਾ ਉਹ ਸਹੀ ਹੈ, ਜੋ ਪਹਿਲਿਆਂ ਨੇ ਕਿਹਾ ਜਾਂ ਕੀਤਾ ਉਹ ਬਿਲਕੁਲ ਗਲਤ ਹੈ। ਅਤੇ ਕਰਦੇ ਕਰਦੇ ਉਹ ਗੁਰੂ ਦੀਆਂ ਗਲਤੀਆਂ ਕੱਢਣ ਤੱਕ, ਦੇਖੋ ਕਿੱਡਾ ਅਕਲ ਕਿੱਡੀ ਅਕਲ। ਵਿਚਾਰਾਂ ਦੀ ਸਹਿਮਤੀ ਨਾ ਹੋਣ ਕਰਕੇ ਕਲੇਸ਼ ਬਣਿਆ ਹੀ ਰਹੇਗਾ। ਹੁਣ ਵਿਚਾਰਾਂ ਦੀ ਸਹਿਮਤੀ ਕਿਵੇਂ ਹੋਵੇ, ਸਾਡੇ ਸਭ ਦੇ ਇੱਕ ਵਿਚਾਰ ਕਿਵੇਂ ਹੋਣ, ਤਾਂ ਕਿ ਸਾਡੇ ਸਭ ਦੇ ਇੱਕ ਵਿਚਾਰ ਤਾਂ ਹੋ ਸਕਦੇ ਨੇ ਭਈ ਜਿਹੜੇ ਗੁਰੂ ਦੇ ਵਿਚਾਰ ਹੋਣ ਉਹੀ ਮੇਰੇ ਵਿਚਾਰ ਹੋਣ। ਆਖੋ ਸਤਨਾਮ ਸ਼੍ਰੀ, ਗੁਰੂ ਧਾਰਨ ਕਰੋ। ਗੁਰੂ ਕਹੇਗਾ ਆਹ ਕਰਨਾ, ਸਤ ਬਚਨ, ਕਿਉਂਕਿ ਹੁਣ ਗੁਰੂ ਦੇ ਵਿਚਾਰਾਂ ਮੁਤਾਬਕ ਮੈਂ ਚੱਲਣਾ। ਗੁਰੂ ਕਹੇਗਾ ਆਹ ਖਾਣਾ, ਸਤ ਬਚਨ। ਸਾਡੀ ਕੌਮ 'ਚੋਂ ਹਾਲੇ ਖਾਣ ਪੀਣ ਦਾ ਹੀ ਝਗੜਾ ਨਹੀਂ ਗਿਆ। ਤੁਸੀਂ ਦੇਖੋ ਮੈਂ ਇਹਨੂੰ ਕੀ ਕਮਾਂ, ਕਿੱਡੀ ਤਰਾਸਦੀ ਹੈ ਕੌਮ ਦੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਹਿਲੇ ਪੰਨੇ 'ਤੇ ਝਗੜਾ ਹੈ, ਸਮਝ ਗਏ? ਗੁਰਪ੍ਰਸਾਦ ਤੱਕ ਕਹਿ ਕੇ ਨਾਨਕ ਹੋ ਸੀ ਵੀ ਪਹਿਲੇ ਪੰਨੇ 'ਤੇ ਝਗੜਾ, ਇਹ ਵਿਚਾਰਾਂ ਦੀ ਸਾਂਝ ਨਾ ਹੋਣ ਕਰਕੇ ਹੈ, ਹੋਰ ਕੀ ਹੈ? ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਮੱਧ 'ਤੇ ਝਗੜਾ ਹੈ, ਆਦਪੂਰਨ ਮੱਧਪੂਰ 'ਤੇ ਭੋਗ ਲਾਉਣਾ ਕਿ ਅੱਧ ਦੀ ਅਰਦਾਸ, ਫਿਰ ਅੰਤ 'ਤੇ ਝਗੜਾ ਹੈ, ਰਗਮਾਲਾ ਪੜ੍ਹਨੀ ਕਿ ਨਹੀਂ ਪੜ੍ਹਨੀ, ਹੈ ਨਾ ਝਗੜੇ? ਗੁਰੂ ਗ੍ਰੰਥ ਸਾਹਿਬ ਮਹਾਰਾਜ 'ਤੇ ਝਗੜਾ, ਸਹਿਮਤੀ ਨਹੀਂ ਹੋਈ ਅਤੇ ਬਾਕੀ ਤੁਸੀਂ ਕਿਹੜੇ ਝੰਡੇ ਕੱਢ ਲੈਣੇ ਨੇ? ਅਰਦਾਸਾਂ ਸਾਡੀਆਂ ਅਲੱਗ, ਮਰਿਆਦਾਵਾਂ ਸਾਡੀਆਂ ਅਲੱਗ, ਉਹ ਆਹ ਚਾਹੁੰਦੇ ਆ ਉਹ ਆਹ ਚਾਹੁੰਦੇ, ਉੱਦਾਂ ਸਾਰੇ ਹੀ ਕਹਿੰਦੇ ਅਸੀਂ ਗੁਰਮਤ ਦਾ ਕੀ ਗੁਰਮਤ ਦਾ ਪ੍ਰਚਾਰ ਕਰਦੇ ਹਾਂ, ਤੁਸੀਂ ਤਾਂ ਡਾਂਗਾ ਖੜਕਾਉਂਦੇ ਹਾਂ, ਤੁਸੀਂ ਤਾਂ ਸਿਰ ਪਾੜਦੇ ਹਾਂ। ਕੱਲ੍ਹ ਪਰਸੋਂ ਹਾਲੇ ਕੈਨੇਡਾ ਤੋਂ ਇੱਕ ਵੀਡੀਓ ਆਈ, ਤੁਹਾਨੂੰ ਵੀ ਆਈ ਹੈ, ਇਹ ਮੈਸੇਜ ਅੱਛਾ ਜਾ ਰਿਹਾ ਦੁਨੀਆਂ ਦੇ ਉੱਤੇ, ਅਸੀਂ ਇਹੀ ਪ੍ਰਚਾਰ ਕਰਨ ਵਾਸਤੇ ਹਾਂ। ਇਹ ਇਸੇ ਲਈ ਹੈ ਵੀ ਸਾਡੀ ਅਸਹਿਮਤੀ ਹੈ। ਇਹ ਬਹੁਤ ਵੱਡਾ ਦੋਸ਼ ਹੈ ਸਾਧ ਸੰਗਤ ਜੀ, ਕਿਵੇਂ ਕਰਨਾ? ਇਹ ਬਹੁਤ ਵੱਡਾ ਔਗਣ ਹੈ ਜੇ ਅਸੀਂ ਕਿਸੇ ਦੂਸਰੇ ਦੀ ਗੱਲ ਨਹੀਂ ਮੰਨਣੀ ਅਤੇ ਆਪਣੀ ਗੱਲ ਨੂੰ ਸਿੱਧ ਕਰਨਾ ਪਏ, ਮੈਂ ਬਿਲਕੁਲ ਸਹੀ ਹਾਂ, ਬਾਕੀ ਸਾਰੀ ਦੁਨੀਆ ਇੱਕ ਪਾਸੇ ਸਾਰੀ ਗਲਤ ਹੈ, ਮੈਂ ਬਿਲਕੁਲ ਸਹੀ ਹਾਂ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਮਦਮਾ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਅਰਥ ਕੀਤੇ, 44 ਗੁਰੂ ਪਿਆਰਿਆਂ ਨੇ ਉਹ ਬਾਣੀ ਦੇ ਅਰਥ ਸੁਣੇ, 44 ਉਹਨਾਂ ਦੇ ਨਾਂ ਇਤਿਹਾਸ ਵਿੱਚ ਲਿਖੇ ਹੋਏ ਨੇ, ਮੇਰੇ ਕੋਲ ਵੀ ਲਿਖੇ ਹੋਏ ਆ, ਪੋਥੀ ਵਿੱਚੋਂ ਵੀ ਲੱਭ ਲਓ ਤੁਸੀਂ, ਅਸਾਂ ਵੀ ਤਾਂ ਕਿਤੇ ਲੱਭੇ ਹੀ ਨੇ। ਉਹਨਾਂ ਵਿੱਚੋਂ ਮੁਖੀ ਨਾਮ ਨੇ ਬਾਬਾ ਦੀਪ ਸਿੰਘ ਜੀ ਅਤੇ ਭਾਈ ਮਨੀ ਸਿੰਘ ਜੀ, ਜਿਹਨਾਂ ਨੇ ਗੁਰੂ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਪੂਰੇ ਅਰਥ ਸੁਣੇ। ਇੱਥੇ ਦਮਦਮਾ ਸਾਹਿਬ ਰਹਿੰਦੇ ਆ। ਹੁਣ ਜਦੋਂ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਗੇ ਹਜ਼ੂਰ ਸਾਹਿਬ ਜੋਤੀ ਜੋ ਸਮਾਉਣ ਉਹ ਕੌਤਕ ਕਰਨ ਵਾਸਤੇ ਚਲੇ ਗਏ, ਦੋ ਟਕਸਾਲਾਂ ਸਾਡੇ ਅੰਦਰ ਪ੍ਰਚਲਿਤ ਹੋ ਗਈਆਂ।
एक पिंडरां वाली टकसाल विचों बाबा दीप सिंह जी ने शुरुआत की, सिर्फ बाणी पढ़ाउण दे करके, लोकां नूं बाणी दे लड़ लाउण करके, लोकां नूं बाणी दी महत्ता दसण वास्ते। दूसरी चल पई संत अमीर सिंह जी वाली सत्तो वाली गली, वह भाई मनी सिंह जी की है। दो होण करके बखरेवा शुरू हो गया। हुण सत्तो वाली गली दीआं 20 गल्लां हैगीआं जिहड़ीआं टकसाल नाल नहीं मिलदीआं, ते टकसाल वाली दीआं 40 गल्लां हैगीआं जिहड़ीआं होर किसे नाल नहीं मिलदीआं। इह की है? इह विचारां दी सांझ नहीं है। प्रचार दोनों ही गुरु ग्रंथ साहिब महाराज का करते हैं, पर विचारां दी सांझ ना होण करके तुसीं देखो कि यह क्यों है। यह मैं कहना साडी कौम की बदकिस्मती है। शायद यह अखर सानू हजम होवे चाहे ना होवे, पर करना ही पैगा, क्योंकि असीं बाहर फिरदे हां। सानू लोग मिलदे आ कहिंदे बाबा जी आओ देखो की हो रहा, हुण की करिए। बे मैं तो उहदे विच नहीं हां, मैं तो उस लड़ाई विच नहीं हां। एक बीबी ने चिमटा चक के मारिया, पुड़पुड़ी खोल दिती, खूनो खून कर दिता, पग्गां लिथ दियां मारता। इहदा कारण की है? इहदा कारण है दूसरा दोष है जिहड़ा पई असहमति। मैं मनणी नहीं तेरी गल, बस गल खत्म हो। मैं इत्थे टिकिया, मैं तुसी किन्नियां भी दलीलां दिओ, किन्ना भी तुसी कुछ कहो कि कुछ नहीं करो, दलील सुननी नहीं अगले की गल। इहदा मतलब पई नानक ते नर असल खरजे बिन गुण गर्भ करंत। जिन्हां नूं दूसरे की गल सुननी नहीं आउंदी उह कदों मन्नेगा? इसलिए दूसरा दोष है असहमति का। हुण आपां इत्थे आईए पे सहमति कदों होवेगी? सहमति होई धन गुरु नानक देव महाराज दी ते भाई लहणा जी दी। बाकी सिख होर भी बहुत सन उत्थे। मैं बाबा बुढ़ा जी नूं किसी गल्लों नीवा नहीं कह रहा, मैं भाई मरदाने जी नूं किसी गल्लों घट नहीं कह रहा, मैं भाई मनसुख नूं किसी गल्लों घट नहीं कह रहा। पर जदों विचारां दी सांझ होई गुरु नानक देव महाराज दी ते भाई लहणा जी दी, बस समझ गए गुरु साहब कहिंदे लहणिया तू मेरा उत्तराधिकारी हो गया, क्योंकि तेरे मेरे विचार एक थां मिल गए ने। पहलियां नाल नहीं मिले, बच्चियां नाल नहीं मिले, जिन्हां दे नाम लए ने उन्हां नाल नहीं मिले। जदों गुरु अंगद देव महाराज गुरता गद्दी ते विराजमान होए ते बिरद बाबा अमरदास जी दे नाल विचार मिले, बच्चियां ना नहीं मिले, होर भी बड़ी संगत सी। एदां ही यके बाद तीगरे गुरु अमरदास महाराज दे विचार अपने जवाई श्री जेठा जी नाल मिल गए। धन गुरु रामदास महाराज दे विचार तिन्नां पुत्रां विचों छोटे पुत्र नाल मिल गए। अगे चलदा चलदा जदों दसवें जामे तक आया ते दसवें जामे अंदर 230 साल की लगातारी मेहनत तो बाद 1469 तो लैके 1699 विसाखी तक 230 साल बनते ने सात संगत जी। 230 साल की 10 गुरुआ की लंबी जदोजहद तो बाद सफर जफर दुखा भुखा की कुछ नहीं चलिया, वखिया के ठुडे खाने भी चले, टंगों पकड़ घसीटिया भी चलिया, तत्तियां तवियां ते बह गए। सिर्फ 5 बंदे गुरु की सोच वाले नितरे, वह जिन्हों आप प्यारे कहने, आखो सतनाम से। इसलिए विचारों की सांझ होनी बहुत औखी है। असी तो कई बार गुरु साहब का हुक्मनामा सुन के कहते हैं नहीं महाराज तेरा हुक्मनामा सख्त है, लै दसो। यदा मतलब पे मैं चाहना मेरे विचार का हुक्मनामा दिता जाए। अखंड पाठ साहब कराया, बड़ी सेवा की, बड़ा संगत का वाहवा खटी, बड़े रागी सिंह माया दी, कथावाचकों दी, सारे स्टाफ न माया का मीह बरा दिता। पर जो कि हुक्मनामा आया, ए भाई जी ये तुम की हुक्मनामा कर दिता, हुक्मना तो सू चाहिए असी जो मांगे ठाकुर अपने ते। यदा मतलब मेरी हाले तक गुरु ने सहमति भी नहीं हुई। तो गुरु महाराज कहते सूही महला पंजवा, रहन ना पावे सुरनर देवा, ऊट सुधारे कर मनोजन सेवा, जीवत पेखे जी ने हर हर त्याया, साध संग हर दर्शन पाया, बादशाह शाह व्यापारी मरना। ये घर वाले कहते भाई नूं बाहर कोड़े दे गल च पाइए परना। इहदा मतलब मैं चाहना गुरु भी मेरी मर्जी नाल हुक्मनामा देवे। ये किड्डा वड्डा दोष है। गुरु साडे को अधीन है, को गुरु तो बेपरवाह है। उहनूं की तेरे वर्गे लखां मैं जिही कण चेरी राम, मेरी वर्गियां तो उहदे दर ते लखां फिरदियां ने। गणती गणी ना जाए किते दर पड़े, गिणती नहीं कर सकते अकाल पुरख के दर से कतारा मन के लोग खड़े ने। तो तू कहना जी मेरे मर्जी का हुक्मनामा दियो, इहदा मतलब मैं तेरे विचारा नाल भी सहमत नहीं है। मैनू तो चाहिए इच्छा पूर्वक सर्व सुख दाता हर, मैनू तो चाहिए घर बाहर तेरा प्रवासा, मैनू तो चाहिए जो मांगे ठाकर अपने ते। नहीं जेड़ा गुरु ने हुक्मनामा दे देता। देखो सात संगत जी चलदे चलदे एक बेनती कर चलीए, ये बहुत वड्डा दोष है जे असी गुरु नूं भी अपनी मर्जी मुताबक चलाउण। तां खिमा करना अज जे मैं कह दिया तां किसे नूं बुरा ना लगे, अज असी गुरु ग्रंथ साहिब महाराज जी नाल भी अपनी मर्जी की खेड खेडदे हां। आखो सतनाम श्री वाहिगुरु। गुरु ग्रंथ साहिब महाराज जी नूं भी असी अपनी मर्जी नाल चलाउण दा यतन करदे हां। गुरु साहिब दा कोई भी शब्द लाओ, जे उन्होंने किसी बिणसनहार संसार की गल की तो ध्यान ना सुनो, कोई पंक्ति ऐसी जरूर होगी जिहड़ा सानू सीधा रस्ता तोरन वास्ते होगी। सारे शब्द मृतक दे, मैं आही शब्द जिहड़ा तुहाडे सामने पढ़िया
इंग्लैंड गए एक दफा उत्थे किसी के घर अखंड पाठ साहब रखने वास्ते गए। उन्होंने सारे पाठी सिंह उन्होंने मैनू उन्होंने हैड बना के प्रबंधकों ने कहा भाई साहब तुसी नाल जाना। मैं कहा नहीं ये सारे ग्रंथी संघ मेरे तो सियाने ने तुसी इन्हों किसी की जिम्मे नहीं जी तुसी जाना तुसी जाना। चलो मनना पिया गए पाठ साहब होया। तीसरे दिन मैनू कहन लगे तुसी अरदास करो क्योंकि मैनू प्रबंधकों ने भेजे से मैं अरदास की। मैं फिर एक सज्जन नूं आख्या मैं उहदा नां नहीं दसना मता तुहाडा रिश्तेदार निकल आवे। मैं उहनूं कहा भी तुसी हुक्मनामा लै दिओ मैं हुण अरदास भी करां फिर उधर जाके हुक्मनामा लवां। वह कहिंदा ठीक है। वह हुक्मनामा लिया तो आ गया जी सूही महला पंजवां रहण ना पावे सुरनर देवा ऊठ सिधारे। मैं उह पहली पंक्ति पढ़दिआं सार मैं कहा प्यारे आ थोड़ा देखना तो सही इन्हां ने तो सानूं छड्डणा नहीं। हाले हुक्मनामा पूरा भी नहीं होया उन्होंने पूरा मैं हकीकत बयान करदा गुरु की हजूरी विच बैठा शायद किसी नूं बुरा लगे कि अपनी गल करदे गल सुनो। उन्होंने हुक्मनामा पूरा भी नहीं सुनिया उस वेले चक प्रबंधकों नूं फोन कर दिता देखो जी असी अखंड पाठ कराया इन्ना खर्चा आया इन्ने रिश्तेदार आए इन्ना कुछ असी कीता इन्होंने सानू कह दिता जी रहण ना पावे सुरनर देवा। हुण की करिए साडी ते जांदे आ क्लास लगनी सी प्रबंधकों हुंदा भी लै बई अच्छे परिवार है क्यों। मैं फिर उन्हां परिवार के जिया ने मैं हथ जुड़ बेनती की मैं कहा प्यारे सारा शब्द नहीं तुसी सुनिया जे तुसी सारा शब्द सुनिया हुंदा तां सानू इदां ना जलील कर दे। मैं कहा तो हो बेइज्जती हो गई मैं कहा सानू इदां ना साडे नाल बिहेवियर कर दे जिदा तुसी कीता है। कहिंदा तुसी पढ़े लिखे लोगों नू उपदेश दिंदे हो तुहानू इन्ना नहीं पता। मैं कहा तुसी की चाहते सी कहिंदे इच्छा पूरी सर्व सुखदाता हर आउंदा ते असी कहिंदे पे सी बंदा कित्थे टिके है। साडी तां गुरु नाल भी सहमति नहीं हुई हाले भी तू महाराज जो कहे मैनू प्रवान है तू जो हुक्म देवे मैनू प्रवान है तू जो आखे मैं तेरे मार्ग नहीं जो मैं कहना तू इदां कर तू इदां कर तू इदां। मैं कहा जी तुसी सारा नहीं सारा सुनिया। मैं कहा आ पंक्ति सुनी है कहिंदे केड़ी जी किरपा निदान नानक को करो दात नाम तेरा जपी दिन रात। यह सुनी है चुप कर गया। मैं फिर बोली मैं कह लै भी हुण लोहा गर्म होने लगा हुण सट पैण की लोड़ है। मैं भी स्ट्राइक पैंदी आ रही हॉट। मैं कहा आ पंक्ति सुनी किरपा निदान नानक को करो दात नाम तेरा जपी दिन रात। फिर बोलिया नहीं मैं मोढ़ा हिला के कहा मैं कह प्यारे ये पंक्ति भी इसे ही शब्द की है जिदे विच पहला कहा है कि रहण ना पावे सुरनर देवा ऊठ सिधारे कर मुंजन सेवा जीवत पेखे जी ने हर हर त्याया साध संघ हर दर्शन पाया बादशाह शाह व्यापारी मरना। यह भी पंक्ति इसे ही शब्द की ने तो भाई साहब नूं कहो हुक्मनामा सुना देन तुहानूं बादशाह शाह व्यापारी मरना जो दिसे सो काले खरना कूड़े बो लपट लपटाना छोड़ चलिया तो फिर पछताना ते अरदास की करनी है कृपा निदान नानक को करो दात नाम तेरा जपी दिन रात। कहिंदा ए इहदे च ही है आ है साडी हालत। वह मैनू कहिंदा भाई साहब इसे शब्द की यह पंक्ति है। मैं कहा तुसी जो पहली पंक्ति सुन के मैं कहा हुण करो प्रबंधकों नूं फोन साडे पहुंचण तो पहला उन्होंने कहो साड़ी वालों पे नहीं जी मेरी गलती सी मैं गुरु साहब का सारा हुक्म उन्हें किया मेरे सामने। इसलिए जिन्ना चिर साड़ी विचार गुरु नाल नहीं वरदे उन्ना चिर साड़ी सारियां दी एकता बिल्कुल कतई ही नहीं हो सकती बिल्कुल नहीं हो सकती। मैं दावे ना कह सकता बैठ के विचार करो होए एकत्र मिलो मेरे भाई दुबदा दूर करो लिबलाई हर नामे को होवो जोड़ी गुरमुख वैसो सफा बछाए दे। बैठो बई अपना विचार दियो किसे दूसरे दी सुनो दो कदम तुम चलो दो कदम हम चले आपे ही सफर तय हो जाएगा। पर ए थोड़ी पे तुसी मेरे मगर ही आओ नहीं प्यारे हो हाले साडे च एडी हिम्मत नहीं आई पे असी सारी कौम नूं आपे पिछे तोड़ दईए। गुरु गोबिंद सिंह महाराज गुरु नानक देव महाराज तों लैके गुरु गोबिंद सिंह महाराज तक 230 साल का समा थोड़ा नहीं हुंदा ढाई अप्रोक्सीमेट ढाई सदियां लगन तो बाद जदों 80,000 दे मजहबे विचों चुनाव किया गया तो एक भाई दया सिंह क्योंकि उहदे गुरु नाल विचारां दी सांझ बन गई। गुरु ने आख्या सतगुर आगे सीस पेट दिओ कहिंदा लो महाराज। गुरु ने आख्या चल बई गुरसिखी दा कर्म ए गुर फरमाए गुरसे करना दया राम उठ के आ गया। चल बई हुक्म मनिया होवे प्रवान मगरे धर्मदास आ गया मगरे मुकम चंद आ गया मगरे साहिब चंद आ गया। ते जदों गुरु दे विचारां नाल सांझ हो गई उस ही गुरु ने अपने सेवकां नूं मत्था टेके दिता हुणे ही तुसी शब्द पढ़िया सी वाह वाह गोबिंद सिंह आपे गुर चेला। गुरु साडे नाल सहमत हो जाएगा तो फिर सानू होर किसी की सहमति लैण की लोड़ की है।
जे गुरु नाल साडे विचार मिल गए तो यह असहमति का जिहड़ा दोष है ना इहनू कढो अपने अंदर जिन्नी जल्दी। अगर कौम की यूनिटी चाहते हो, अगर कौम दे विच एकता चाहते हो और कौम की मजबूती चाहते हो तो सानू आपो अपने ख्याल ते आपो अपने विचार छड़ के गुरु दे एक झंडे थले इकट्ठा होना चाहिए। साडे कोल एदू वड्डा तो होर कोई असासा ही नहीं पे असी हर गल की खाना है। अज साडी कौम अंदर खाण पीण दे झगड़े एवी तलवारां कढ़ी फिरदे। गुरु ग्रंथ साहिब महाराज जी नूं पुछ लो की पहनना है, कदे कुछ पा के आउंदे कदे कुछ पा के आउंदे सानू पता ही नहीं। पुछ लो गुरु ग्रंथ साहिब महाराज जी नूं किदां दे कपड़े पा के आईए, किहो जिहा कारोबार करना है, पुछ लो गुरु ग्रंथ साहिब महाराज जी नूं। पर असी इहनूं नहीं पुछना क्योंकि मैं अपनी मत नाल चाहुंदा कि मैं आ कम करना ते गुरु जी तुसीं हुण इहदे ते मोहर ला दिओ बस। मैं तुहाडी तां स्टैंप ही लैणी है, यू आर जस्ट लाइक बस स्टैंप कर दिओ ना। जे चाहुंदे हो कि साडी गुरु नाल सहमति होवे ते सानू अपने विचार छड़ के गुर की मत तू ले आने इथे आके मत्था टेको ते गुरु की मत ग्रहण करो। अपनियां मत्तां छड़ो, अपनियां अकलां छड़ो, अपनियां चतराइयां छड़ो, अपने कोलों कोई भी गुरु घर विच नवी मर्यादा ना टोरो। मर्यादावां सातों पहले बजुर्गां ने जिहड़ियां बणाईयां ने ना उहनां विच किसी प्रकार की कोई ऊणताई नहीं है, उहदे विच किसी प्रकार की कोई घाट नहीं है। पर जे असी करनी है तो वह करो फिर जी मेरे सतगुरु जी प्रवान हो, नहीं तो असी कर्म करते जावे इस हथ न लिखते जावे इस कफ न मिटाते जावे आपे कुछ नहीं फटी बलैंक की बलैंक रह गए कुछ नहीं लिखा गया क्योंकि असी अपनी मर्जी नाल इत्थे कुछ ना कुछ करन दा यतन करते हैं। यह है असहमति का दोष। दूसरा दोष पंच रोगों विचों दो हो गए जी, एक पहला है अविद्या इलिटरेसी अग्ञानता अनपढ़ता। दुनियावी विद्या साडे कोल बहुत है पर साडे कोल धार्मिक विद्या ना होण करके साडी गिणती अनपढ़ां विच हुंदी। अपने आप नूं भावें हर कोई धर्मी कहिंदा रहे, कोई धर्मी बंदे दी निशानी है कि उहदा दाड़ा खुला होवे गोल दस्तार होवे चोला लम्मा पाए ते असीं कहांगे बहुत धर्मी है, जां कोई हर वेले गुरुद्वारे बैठा रहे ते असीं कहांगे बहुत धर्मी है, जां हर वेले माला ही फेरदा रहे ते असीं कहांगे बहुत धर्मी है। हरगिज़ नहीं धर्मी बंद। मैं हुणे ही बेनती आप जी दे चरणां दर कीती, जो पुछना है श्री गुरु ग्रंथ साहिब महाराज जी नूं पुछो। तां गुरु साहिब कहिंदे ने फिर धर्मी बंदे दी निशानी मैं दसां, हाँ महाराज तुसी दसो, मैं भी अज तो धर्मी बनागा, मैं भी अज तो धर्मी बनागा जे तुहाडी निशानी तुहाडे हुक्म मुताबक मैं उहदे दाखिल होना चाहुंदा दसो। तां सतगुरु कहिंदे ने अपने औगण देखणे शुरू कर दे, आखो सतनाम श्री वाहे हम मैले, पहला अपने आप नूं आखो, नहीं असी दूसरे नूं देखण दा यतन करदे। इह साडे असहमति है, हो ही नहीं सकदे दूसरे दे औगण ही औगण नजर आउणगे, अपना उगण तेनू कोई नजर ही नहीं आएगा। गुरु साहब कहते हैं आ मैं तेन दसा धर्मी बंदे दी आ निशानी है जी। महाराज कृपा करो, गुरु अर्जन देव महाराज का शब्द है हम मैले तुम उज्जल करते हम निर्गुण, मैनू कुछ नहीं आता महाराज। की असी यह गल एडमिट करने वास्ते तैयार हाँ? गुरु साहब सर्व कला संपूर्ण ने, वह कहते ने हम निर्गुण तू दाता हम मूर्ख, कोई कहने तैयार है? धर्मी किदां होईए असी? धर्मी नहीं जिन्ना चिर होवांगे उन्ना चिर गुरु ने जे आह ही विचार साडे हो जाण जिहड़े गुरु अर्जन देव महाराज वाले ने ते साडी सांझ हो गई। जिहड़े विचार गुरु अर्जन देव महाराज कह रहे ने अपने आप ते, हम मैले तुम उज्जल करते हम निर्गुण तू दाता हम मूर्ख तुम चतर सियाणे तू सर्व कला का ज्ञाता माधो हम ऐसे तू, है कोई कहण? है कोई कहण? जिस दिन यह विचार साडे गुरु नाल नहीं रले उन्ना चिर साडे विच यह दोष रहेगा असहमति का, साडे विच विचारां दी सांझ नहीं आवेगी। जिथे विचारां दी सांझ ना होवेगी उथे इट खड़का हुंदा ही रहेगा। घरां विच भी देख लो, सोसाइटियां विच भी देख लो, किते भी किसी भी फील्ड विच देख लो, जिन्ना चिर विचारां दी सांझ नहीं होवेगी ते विचारां दी सांझ किवें हो सकदी है? एक लीडर दे हुक्म विच टुरिया जाएगा। तो लीडर साडा है धन श्री गुरु ग्रंथ साहिब महाराज। मैं किसी नूं नहीं कहिंदा कि साडी कमेटी विच प्रधान साहब लीडर ने, सैकटरी साहब लीडर ने, खजानची साहब लीडर ने, जां हैड ग्रंथ, नहीं नहीं, लीडर सिर्फ लीडर अगर है तो असीं श्री गुरु ग्रंथ साहिब महाराज की अगवाई विच चलांगे तां इहदी अगवाई नाल साडे विचारां दी सांझ बनेगी, नहीं तां खिमा करना असीं आपो अपनी तूतियां बजा के संसार तो चले जावांगे, कुछ फायदा नहीं होवेगा। जुड़न दा यतन करो, कल्ले कल्ले रहे तां टुटे जावांगे, जुड़े रहांगे तो हो सकता है साड़ी एकता का कुछ फायदा होवे। इसलिए दूसरा दोष केड़ा दूर होया जी? पहला अज्ञानता, दूसरा असहमत, तीसरा रोग मैं शुरू कर लगा। अज मैं जल्दी इसनूं समाप्त करांगा अगले दो दिनों विच भी, क्योंकि जे इन्ना इन्ना विस्थार एक एक दा कीता ते फिर बहुत लंबा समा चाहिए,
ਇੰਨਾ ਸਮਾਂ ਮੈਨੂੰ ਇਸ ਫੇਰੀ ਅੰਦਰ ਨਹੀਂ ਮਿਲਿਆ, ਪਿਛਲੀ ਦਫ਼ਾ ਥੋੜ੍ਹਾ ਜ਼ਿਆਦਾ ਦਿਨ ਮਿਲੇ ਸੀ, ਐਤਕੀ ਥੋੜ੍ਹੇ ਘੱਟ ਦਿਨ ਮਿਲੇ ਆ, ਪਰ ਮੈਂ ਇਸ ਗੱਲ ਨੂੰ ਟੋਪਿਕ ਨੂੰ ਆਪਣੇ ਵਿੱਚ ਸੰਕੋਚ ਕੇ ਆਪ ਨਾਲ। ਤੀਸਰਾ ਦੋਸ਼ ਹੈ ਜੀ ਸਾਡੇ ਅੰਦਰ ਰਾਗ, ਰਾਗ ਸੰਗੀਤ ਨਹੀਂ, ਰਾਗ ਮਿਊਜ਼ਿਕ ਨਹੀਂ, ਉਹ ਜਿਹੜੇ ਸੀ ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਅਤੇ ਹੰਕਾਰ, ਉਹਨਾਂ ਨੂੰ ਥੋੜ੍ਹੇ ਚਿਰ ਵਾਸਤੇ ਭੁੱਲੋ, ਕਿਉਂਕਿ ਵਿਦਵਾਨ ਪੁਰਸ਼ਾਂ ਨੇ ਮਹਾਂਪੁਰਸ਼ਾਂ ਨੇ ਜੋ ਦੱਸਿਆ ਹੈ ਨਾ, ਮੇਰੀ ਤਾਂ ਉਹਦੇ ਨਾਲ ਤਸੱਲੀ ਹੋ ਗਈ, ਔਰ ਤੁਸੀਂ ਵੀ ਬੜੇ ਧਿਆਨ ਨਾਲ ਧਿਆਨਪੂਰਵਕ ਸ਼ਰਵਣ ਕਰ ਰਹੇ ਹੋ, ਕੁਛ ਨਵਾਂ ਸੁਣਨ ਵਾਸਤੇ ਮਿਲ ਰਿਹਾ ਹੈ। ਤੀਸਰਾ ਹੈ ਰਾਗ, ਉਹਦਾ ਰਾਗ ਅਸੀਂ ਸੰਗੀਤ ਵਾਸਤੇ ਸ਼ਬਦ ਵਰਤੇ ਹਾਂ, ਮਿਊਜ਼ਿਕ ਵਾਸਤੇ ਵਰਤੇ, ਬਈ ਬਹੁਤ ਸੋਹਣਾ ਰਾਗੀ ਹੈ, ਰਾਗ ਗਾਉਂਦਾ ਨਹੀਂ, ਇੱਥੇ ਰਾਗ ਮੈਨੇ ਹੈ ਆਪਣੀ ਧੁਨ ਵਿੱਚ ਹੀ ਰਹਿਣਾ, ਇਹਨੂੰ ਕਹਿੰਦੇ ਨੇ ਰਾਗ ਦਾ ਦੋਸ਼ ਹੈ। ਕਿਸੇ ਸਿਆਣੇ ਦੀ ਪਿਤਾ ਦੀ ਕਹੀ ਗੱਲ ਨਹੀਂ ਮੰਨਣੀ, ਮਾਂ ਦੀ ਕਹੀ ਗੱਲ ਨਹੀਂ ਮੰਨਣੀ, ਗੁਰੂ ਦਾ ਕਿਹਾ ਵੀ ਨਹੀਂ ਮੰਨਣਾ। ਅਸੀਂ ਕਹਿੰਦੇ ਬੱਚਾ ਬੜਾ ਬੇਪਰਵਾਹ ਹੈ, ਕਿਸੇ ਦੀ ਸੁਣਦਾ ਨਹੀਂ, ਬੇਪਰਵਾਹ ਸ਼ਬਦ ਨਾ ਇੱਦਾਂ ਦੇ ਬੱਚੇ ਵਾਸਤੇ ਵਰਤਿਓ, ਨਹੀਂ ਨਹੀਂ ਇਹਦੇ ਵਾਸਤੇ ਲਾਪਰਵਾਹ, ਇੱਕੋ ਹੀ ਸ਼ਬਦ ਹੈ, ਲਿਖ ਕੇ ਦੇਖੋ, ਬਾਪ ਬੇਪਰਵਾਹ, ਲਾਪਰਵਾਹ, ਇੱਕੋ ਇੱਕੋ ਸ਼ਬਦ ਲੱਗਦੇ ਨੇ। ਜੇ ਅਸੀਂ ਬੱਚੇ ਵਾਸਤੇ ਬੇਪਰਵਾਹ ਸ਼ਬਦ ਵਰਤਾਂਗੇ ਤੇ ਅਸੀਂ ਗੁਨਾਹਗਾਰ ਹੋਵਾਂਗੇ, ਕਿਉਂਕਿ ਬੇਪਰਵਾਹ ਕੌਣ ਹੁੰਦਾ? ਗੁਰਬਾਣੀ ਨੂੰ ਪੁੱਛੋ, ਕੁਛ ਵੀ ਪੁੱਛਣਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪੁੱਛੋ। ਗੁਰੂ ਸਾਹਿਬ ਕਹਿੰਦੇ ਨੇ ਬੇਪਰਵਾਹ ਸਦਾ ਰੰਗ ਹਰ ਕੇ ਜਾਂ ਕੋ ਪਾਕ ਸਵਾਮੀ, ਜਿਸ ਦੀ ਪੱਖ ਤੇ ਅਕਾਲ ਪੁਰਖ ਅੰਤਰਜਾਮੀ ਹੋਵੇਗਾ ਉਹ ਬੇਪਰਵਾਹ ਹੋਵੇਗਾ, ਤੇ ਲਾਪਰਵਾਹ ਕਿਹਨੂੰ ਕਹਿੰਦੇ ਆ? ਜਿਹੜਾ ਇਰਰਿਸਪੋਂਸੀਬਲ ਹੋਵੇ, ਗੈਰ ਜ਼ਿੰਮੇਦਾਰ ਹੋਵੇ, ਸਕੂਲ ਨਹੀਂ ਜਾਂਦਾ ਪਰੇਸ਼ਾਨ ਕਰਦਾ ਹੈ, ਹੋਮਵਰਕ ਨਹੀਂ ਕਰਦਾ ਪਰੇਸ਼ਾਨ ਕਰਦਾ ਹੈ, ਮਾਂ ਬਾਪ ਦੀ ਗੱਲ ਨਹੀਂ ਮੰਨਦਾ ਪਰੇਸ਼ਾਨ ਕਰਦਾ, ਗੁਰੂ ਦੀ ਗੱਲ ਨਹੀਂ, ਬਸ ਮੈਂ ਜੋ ਕਰਨਾ ਮੈਂ ਕਰਨਾ, ਇਹ ਬਹੁਤ ਵੱਡਾ ਦੋਸ਼ ਹੈ, ਬਹੁਤ ਵੱਡਾ ਔਗਣ ਹੈ। ਆਪਣੀ ਧੁਨ ਵਿੱਚ ਮਸਤ ਰਹਿਣ ਵਾਲੇ ਬੰਦੇ ਨੂੰ ਉਹ ਕੋਈ ਮਸਤ ਨਹੀਂ ਰਹਿ ਰਿਹਾ, ਉਹ ਭਟਕਿਆ ਹੋਇਆ ਕਿਉਂਕਿ ਦੂਸਰੇ ਦੀ ਗੱਲ ਨਹੀਂ ਸੁਣ ਰਿਹਾ, ਕਿਸੇ ਦਾ ਵਿਚਾਰ ਨਹੀਂ ਸੁਣ ਰਿਹਾ, ਗੁਰੂ ਦੀ ਗੱਲ ਵੀ ਮੰਨਣ ਤੋਂ ਇਨਕਾਰ ਕਰ ਰਿਹਾ। ਜਿੱਥੇ ਪਹਿਲਾ ਦੋਸ਼ ਪ੍ਰਬਲ ਸੀ ਅਗਿਆਨਤਾ ਦਾ, ਮੂਰਖਤਾ ਦਾ, ਅਨਪੜ੍ਹਤਾ ਦਾ, ਉੱਥੇ ਦੂਸਰਾ ਰੋਗ ਵੀ ਉਹਦੇ ਅੰਦਰ ਪ੍ਰਬਲ ਸੀ ਅਸਹਿਮਤੀ ਦਾ, ਅਤੇ ਤੀਸਰਾ ਹੋਰ ਉੱਤੋਂ ਰੋਗ ਦਾਖਲ ਹੋ ਗਿਆ। ਭਾਵ ਹੈ ਜੀ ਕਿ ਕਿਸੇ ਦੀ ਸੁਣਦਾ ਹੀ ਨਹੀਂ, ਬੱਚਾ ਬੜਾ ਬੇਪਰਵਾਹ ਹੈ, ਨਹੀਂ ਬੱਚਾ ਲਾਪਰਵਾਹ ਹੈ। ਉਹਨੂੰ ਕਿੱਦਾਂ ਕਹੀਏ ਵੀ ਬੇਟਾ ਗੱਲ ਸੁਣ, ਉਹਨੂੰ ਕਿੱਦਾਂ ਕਹੀਏ ਬੇਟਾ ਕਿਸੇ ਦੀ ਗੱਲ ਮੰਨ? ਨਹੀਂ ਮੰਨਦਾ। ਜੇ ਮੰਨਦੇ ਹੁੰਦੇ ਸਾਡੇ ਬੱਚੇ, ਸਾਡੀ ਔਲਾਦ, ਜਾਂ ਅਸੀਂ ਵੀ ਆਪ ਮੰਨਦੇ ਹੁੰਦੇ, ਤਾਂ ਖਿਮਾ ਕਰਨਾ, ਹੁਣ ਤੱਕ ਸਾਰੀ ਕੌਮ ਅੰਮ੍ਰਿਤਧਾਰੀ ਹੋ ਗਏ ਹੋਵੇ, ਅਸੀਂ ਤਾਂ ਗੁਰੂ ਦੀ ਗੱਲ ਵੀ ਨਹੀਂ ਮੰਨੀ। ਗੁਰੂ ਤਾਂ ਰੋਜ਼ ਕਹਿ ਰਹੇ ਨੇ ਅੰਮ੍ਰਿਤ ਪੀਓ ਸਦਾ ਚਿਰ ਜੀਓ, ਪਰ ਅਸੀਂ ਤਾਂ ਗੁਰੂ ਦੀ ਗੱਲ ਵੀ ਨਹੀਂ ਮੰਨੀ। ਸਾਡੇ 'ਚ ਅਸਹਿਮਤੀ ਵੀ ਹੈ, ਸਾਡੇ ਅੰਦਰ ਅਗਿਆਨਤਾ ਵੀ ਹੈ, ਅਤੇ ਸਾਡੇ ਅੰਦਰ ਰਾਗ ਵੀ ਹੈ। ਨਹੀਂ ਜੀ ਅਗਲੇ ਸਾਲ ਜੀ, ਨਹੀਂ ਜੀ ਅਗਲੇ ਸਾਲ ਜੀ, ਨਹੀਂ ਜੀ ਅਗਲੇ ਸਾਲ, ਅਗਲੇ ਸਾਲ ਕਰਦਿਆਂ ਕਰਦਿਆਂ 80 ਸਾਲ ਹੋ ਗਏ ਹੁਣ ਜੀ, ਹਾਲੇ ਜਦੋਂ ਮੇਰਾ ਮਨ ਮੰਨੂਗਾ, 80 ਸਾਲਾਂ ਤੱਕ ਤਾਂ ਤੇਰਾ ਮਨ ਮੰਨਿਆ ਨਹੀਂ ਸੀ, ਹੋਰ ਕਦੋਂ ਮੰਨਣਾ ਹੈ? ਹੁਣ ਤੇ ਕਬਰ 'ਚ ਲੱਤਾਂ ਹੈ। ਇਹਦਾ ਮਤਲਬ ਉਹ ਜਿਹੜਾ ਰਾਗ ਦਾ ਦੋਸ਼ ਹੈ ਨਾ ਅੰਦਰ ਸਾਡੇ, ਇਹ ਵੀ ਸਾਨੂੰ ਗੁਰੂ ਵਾਲੇ ਨਹੀਂ ਬਣ ਦਿੰਦਾ। ਇਸ ਲਈ ਇਸ ਗੱਲ ਨੂੰ ਆਪਾਂ ਵਿਸਥਾਰ ਨਾਲ ਸ਼ਾਮ ਦੇ ਦੀਵਾਨ ਅੰਦਰ ਵਿਚਾਰਾਂਗੇ। ਤੀਸਰਾ ਦੋਸ਼ ਸ਼ੁਰੂ ਹੋ ਗਿਆ, ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਪੰਜ ਦੁੱਖ ਔਰ ਅਹੰਗ ਰੋਗ ਇਹ ਤਨ ਤੇ ਸਗਲ ਦੂਰ ਕੀਨ। ਉਹਨਾਂ ਪੰਜਾਂ ਦੁੱਖਾਂ ਵਿੱਚੋਂ ਪਹਿਲਾ ਸੀਗਾ ਅਗਿਆਨਤਾ, ਤਾਂ ਮੈਂ ਵਾਰ ਵਾਰ ਰਿਪੀਟ ਕਰ ਰਿਹਾ ਤਾਂ ਕਿ ਸਭਨਾਂ ਨੂੰ ਯਾਦ ਹੋ ਜਾਏ। ਕੱਲ੍ਹ ਕਿਸੇ ਕਾਰਨ ਮੈਂ ਪ੍ਰਧਾਨ ਸਾਹਿਬ ਦੇ ਕੋਲ ਬੈਠਾ ਸੀ, ਇੱਕ ਸਤਿਕਾਰਯੋਗ ਬੀਬੀ ਜੀ ਨੇ ਮੈਨੂੰ ਪੁੱਛਿਆ, ਕਹਿੰਦੇ ਜੀ ਸਕੂਲ ਦੇਖੋ, ਇਹ ਤੋਂ ਇਹ ਭਾਵ ਲੈਣਾ ਮੈਂ ਕਿ ਧਿਆਨ ਨਾਲ ਸੁਣ ਰਹੀ ਹੈ ਸੰਗਤ, ਥੋੜ੍ਹੀ ਜਿਹਾ ਬਹੁਤੀ ਦੀ ਮੈਂ ਗੱਲ ਨਹੀਂ ਕੀਤੀ, ਜਿੰਨੇ ਵੀ ਇਸ ਵੇਲੇ ਸੰਗਤ ਬੈਠੀ ਹੈ ਸਾਰੇ ਧਿਆਨ ਨਾਲ ਸੁਣਨੇ। ਤਾਂ ਉਹ ਬੀਬੀ ਜੀ ਨੇ ਮੈਨੂੰ ਪੁੱਛਿਆ, ਕਹਿਣ ਲੱਗੇ ਜੀ ਉਹ ਸਕੂਲ ਦੀ ਜਿਹੜੀ ਤੁਸੀਂ ਫੀਸ ਬੋਲੀ ਸੀ ਜਰਾ ਉਸ ਨੂੰ ਫਿਰ ਇੱਕ ਦਫ਼ਾ ਰਿਪੀਟ ਕਰ ਦਿਓ। ਮੈਂ ਉਹਨਾਂ ਨੂੰ ਰਿਪੀਟ ਕਰਕੇ ਦੱਸਿਆ, ਇਸੇ ਲਈ ਮੈਂ ਵਾਰ ਵਾਰ ਕਹਿ ਰਿਹਾ ਵੀ ਜਿੱਦਣ ਤੱਕ ਸਮਾਪਤੀ ਹੋਣੀ ਨਾ ਉਦਣ ਤੱਕ ਸਾਨੂੰ ਪੰਜੇ ਹੀ ਯਾਦ ਹੋ ਜਾਣ। ਹੋ ਸਕਦਾ ਮੈਂ ਸੰਗਤ ਵਿੱਚ ਪੁੱਛ ਲਵਾਂ ਜੀ ਚੌਥਾ ਦੋਸ਼ ਕਿਹੜਾ ਹੈ, ਕਿਸੇ ਨੂੰ ਪੁਆਇੰਟ ਆਊਟ ਤਾਂ ਨਹੀਂ ਕਰਾਂਗੇ, ਪਰ ਉਸ ਵੇਲੇ ਸਾਨੂੰ ਪਤਾ ਹੋਣਾ ਚਾਹੀਦਾ ਨਾ ਵੀ ਜੀ ਚੌਥਾ ਦੋਸ਼ ਕਿਹੜਾ ਸੁਣਿਆ ਸੀ, ਜੀ ਛੇਵਾਂ ਦੋਸ਼ ਕਿਹੜਾ ਹੈ, ਜੀ ਪਤਾ ਲੱਗਣਾ ਚਾਹੀਦਾ ਨਾ, ਤਾਂ ਪਤਾ ਲੱਗੇਗਾ ਵੀ ਤੁਸੀਂ ਮਨ ਨਾਲ ਸੁਣਿਆ। ਨਹੀਂ ਤਾਂ ਜੇ ਕੰਨ ਨਾਲ ਸੁਣੋਗੇ ਤੇ ਕੰਨ ਰਸ ਬਣ ਜਾਏਗਾ, ਜੇ ਮਨ ਨਾਲ ਸੁਣੋਗੇ ਤੇ ਮਨ ਰਸ ਬਣ ਜਾਏਗਾ, ਤੇ ਇਹ ਗੱਲਾਂ ਸਾਡੇ ਹਿਰਦੇ ਅੰਦਰ ਵਸ ਜਾਣਗੀਆਂ। ਇੰਨੀਆਂ ਬੇਨਤੀਆਂ ਪ੍ਰਵਾਨ ਜੀ, ਭੁੱਲਾਂ ਚੁੱਕਾਂ ਦੀ ਖਿਮਾ, ਸ਼ਾਮ ਤੱਕ ਆਗਿਆ ਬਖਸ਼ੋ ਔਰ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ।